ਸ਼ੇਖ ਫਰੀਦ ਖੈਰ
ਦੀਜੇ ਬੰਦਗੀ ਆਓ ਸਾਰੇ ਆਪਾਂ ਸਤਿਗੁਰੂ ਦੇ ਕੋਲ ਬੰਦਗੀ ਦੀ ਦਾਤ ਮੰਗੀਏ। ਰਸਨਾ ਪਵਿੱਤਰ ਕਰਿਓ, ਮਨ ਜੋੜ ਕੇ ਬੈਠਣ ਦੀ ਕਿਰਪਾਲਤਾ ਕਰਿਓ, ਭਾਵੇਂ ਸਮਾਂ ਗਲਤੀ ਜਾਂ ਸਤਸੰਗ ਜੀ। ਤਾਂ ਜਦੋਂ ਮਨ ਜੁੜ ਜਾਂਦਾ ਨਾ ਪਿਆਰਿਓ, ਫਿਰ ਗਰਮੀ ਅਤੇ ਸਰਦੀ ਦਾ ਪਤਾ ਨਹੀਂ ਲੱਗਦਾ। ਆਓ ਸਾਰੇ ਰਸਨਾ ਪਵਿੱਤਰ ਕਰਿਓ ਜੀ। ਉਹ ਕਿਤੇ ਜਾਵਾਂ ਨਾ ਜਹਾਨ ਵਿੱਚੋਂ ਖਾਤੀ, ਤੂੰ ਨਾਮ ਦਾਨ ਬਖਸ਼ੀ ਮਾਨ ਕਰ, ਸਾਲ ਜੀ ਬਾਬੂ ਜੀ।
Thank you.
ਕੋਈ ਮਾਤ ਬਿਨਾਂ ਨਾਮ ਨੇ 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 ਨਾਮ ਨੇ
ਨਾ ਕੋਈ ਮਾਲਕ ਪਿਤਾ ਉਸਦੇ ਨਾਮ ਨੇ ਨਾਮ ਤੇਰਾ ਸੰਗ ਸਹਾਈ ਜੁਗੋ ਜੁਗ ਅਕਾਦਰ ਚਵਰੇ ਸਤਰ ਤਖਤ ਦੇ ਮਾਲਕ ਸਾਰੀ ਮਹਤਾ ਦੇ ਸਾਂਝੇ ਰੰਗਲ ਸੁੱਖਾਂ ਦੇ ਸਾਗਰ ਬਖਸ਼ਿਸ਼ਾਂ ਦੇ ਭੰਡਾਰ ਰਹਿਮਤਾਂ ਦੇ ਖਜ਼ਾਨੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਜੁਗੋ ਜੁਗ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਬਖਸ਼ੀ ਹੋਈ ਫਤਿਹ ਆਪਾਂ ਰਲ ਮਿਲ ਕੇ ਬੁਲੰਦ ਕਰੀਏ ਸਭ ਮਾਈ ਅਤੇ ਭਾਈ ਸਤਿਗੁਰ ਜੀ ਨੂੰ ਸੀਸ ਝੁਕਾਓ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਜ ਆਪ ਜੀ ਸਾਰੇ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਪਵਿੱਤਰ ਸਥਾਨਾਂ 'ਤੇ ਜੁੜ ਬੈਠੇ ਹੋ ਆਪ ਸਾਰੀ ਸੰਗਤ ਨੂੰ ਪਤਾ ਹੀ ਹੈ ਕਿ ਭਾਈ ਜਗਵੀਰ ਸਿੰਘ ਜੀ
ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਪਰਿਵਾਰ, ਰਿਸ਼ਤੇਦਾਰ, ਸਾਕ ਸੰਬੰਧੀ ਅਤੇ ਨਗਰ ਨਿਵਾਸੀ ਨੂੰ ਸਦੀਵੀ ਪਿਛੋੜਾ ਦੇ ਗਏ ਸਨ। ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਵਾਸਤੇ ਪਿਛਲੇ ਕਈ ਦਿਨਾਂ ਤੋਂ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਪਵਿੱਤਰ ਸਥਾਨਾਂ 'ਤੇ ਤੁਰਕੀ ਬਾਣੀ ਪਾਈ, ਤਿੰਨ ਸਗਲੀ ਚਿੰਨ੍ਹ ਮਿਟਾਈ ਦੇ ਸ੍ਰੀ ਸਹਿਜ ਪਾਠ ਆਰੰਭ ਹੋਏ ਸਨ। ਸੋ ਜਿਨ੍ਹਾਂ ਦੇ ਅੱਜ ਸੰਪੂਰਨ ਭੋਗਨ ਭੋਗਾਂ ਤੋਂ ਉਪਰੰਤ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਨਾਇਕ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਤੜਕੈ ਪਤ ਸਿਉ ਜਾਇਦਾ ਦੇ ਮਹਾਂਵਾਕਾਂ ਅਨੁਸਾਰ ਆਪਾਂ ਸਾਰੇ ਨੂੰ ਜ਼ਿੰਦਗੀ ਦੇ ਕੁਝ ਪਲ, ਕੁਝ ਘੜੀਆਂ, ਕੁਝ ਸਵਾਸ ਗੁਰੂ ਸਾਹਿਬ ਜੀ ਦੇਖੇ ਲਾਉਣ ਵਾਸਤੇ ਸਾਨੂੰ ਇਹ ਸਮਾਂ ਪ੍ਰਾਪਤ ਹੋਇਆ ਹੈ। ਸੋ ਗੁਰਮੁਖ ਪਿਆਰਿਓ, ਸਮਾਂ ਭਾਵੇਂ ਗਰਮੀ ਦਾ ਹੈ ਪਰ ਜਦੋਂ ਸਾਡਾ ਮਨ ਜੁੜ ਗਿਆ ਨਾ ਸਾਧਕ ਜੀ, ਅਤੇ ਨਾ ਤਾਂ ਗਰਮੀ ਦਾ ਪਤਾ ਲੱਗਦਾ, ਨਾ ਹੀ ਫਿਰ ਸਰਦੀ ਦਾ ਪਤਾ ਲੱਗਦਾ, ਨਾ ਹੀ ਫਿਰ ਸਮੇਂ ਦਾ ਪਤਾ ਲੱਗਦਾ ਜੀ। ਅਤੇ ਜਦੋਂ ਮਨ ਨਾਲ ਜੁੜੇ ਨਾ, ਫਿਰ ਵਾਰ ਵਾਰ ਨਿਗਾਹ ਘੜੀ ਵੱਲ ਜਾਂਦੀ ਹੈ, ਕਦੋਂ ਸਮਾਪਤੀ ਕਰਨ, ਕਦੋਂ ਘਰ ਨੂੰ ਚੱਲੀਏ। ਪਰ ਪਿਆਰਿਓ, ਜਿਹੜਾ ਸਤਸੰਗ ਦਾ ਆਪਣਾ ਸਮਾਂ ਪ੍ਰਾਪਤ ਹੋਇਆ ਨਾ ਸਾਧਕ ਜੀ, ਸਾਡੇ ਕੇ ਬਹੁਤ ਹੀ ਪਿਛਲੇ ਪੂਰਵ ਸਾਡੇ ਭਾਗ ਜਾਗੇ ਹੈ, ਤਾਂ ਸਾਨੂੰ ਸੰਗਤ ਵਿੱਚ ਆਉਣ ਦਾ ਸਮਾਂ ਮਿਲਿਆ। ਪਿਆਰਿਓ, ਦੇਖੋ ਸੇਵਕ ਪਰਿਵਾਰ ਨੇ ਕਿੰਨਿਆਂ ਨੂੰ ਸੱਦੇ ਪੱਤੇ ਪੱਤਰ ਭੇਜੇ ਸੀ ਨਗਰ ਦੇ ਵਿੱਚ ਵੀ, ਰਿਸ਼ਤੇਦਾਰਾਂ ਨੂੰ ਵੀ, ਪਰ ਉਹ ਆਏ ਨੇ ਜਿਨ੍ਹਾਂ ਦੇ ਕਰਮ ਚੰਗੇ, ਜਿਨ੍ਹਾਂ ਦੇ ਭਾਗ ਚੰਗੇ ਨੇ। ਪਿਆਰਿਓ, ਹਰ ਇੱਕ ਸਤਿਗੁਰੂ ਦੀ ਸਹਿਯੋਗੀ ਵਿੱਚ ਨਹੀਂ ਆ ਸਕਦਾ, ਜਿਹਨੂੰ ਸਤਿਗੁਰ ਦੇ ਪੱਤੇ ਸਿਰਫ ਸਤਿਗੁਰ ਦੀ ਕਿਰਪਾ ਕਰਦੇ ਨੇ ਉਹ ਸੰਗਤ ਵਿੱਚ ਆਉਂਦਾ। ਪਿਆਰਿਓ, ਅਤੇ ਆਪਾਂ ਸਾਰੇ ਇੱਥੇ ਜਿੰਨੇ ਵੀ ਮਾਈ ਭਾਈ ਬੈਠੇ ਹਾਂ, ਬੇਨਤੀ ਹੈ ਬਸ ਮਨ ਇਕਾਗਰ ਕਰਕੇ ਬੈਠਣ ਦੀ ਕਿਰਪਾਲਤਾ ਕਰਿਓ, ਤਾਂ ਜੋ ਆਪਾਂ ਵਿਚਾਰ ਜਾਂ ਪ੍ਰਾਰੰਭ ਕੀਤੀ ਹੈ, ਉਸ ਵਿਚਾਰ ਨੂੰ ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਵਿਚਾਰ ਕਰ ਸਕੀਏ। ਅਤੇ ਸਾਥ ਅੱਜ ਆਪਾਂ ਭਾਈ ਜਗਵੀਰ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਜੁੜੇ ਹਾਂ। ਪਿਆਰਿਓ, ਅੱਜ ਆਪਾਂ ਇੱਥੇ ਇਹੀ ਵਿਚਾਰ ਕਰਨੀ ਹੈ ਕਿ ਸਾਨੂੰ ਜਿਹੜਾ ਮਨੁੱਖਾ ਜਨਮ ਮਿਲਿਆ ਨਾ ਸਾਧ ਜੀ, ਇਹ ਕਾਹਦੇ ਵਾਸਤੇ ਪ੍ਰਾਪਤ ਹੋਇਆ, ਇਸ ਮਨੁੱਖਾ ਦੇ ਨਾਲ ਕੋਈ ਪ੍ਰਯੋਜਨ ਹੈ, ਕੋਈ ਸਾਧ ਜੀ ਉਦੇਸ਼ ਹੈ, ਕੋਈ ਗੁਰੂ ਗ੍ਰੰਥ ਸਾਹਿਬ ਕਾਰਜ ਵਾਸਤੇ ਇਹ ਪ੍ਰਾਪਤ ਹੋਈ ਹੈ। ਪਿਆਰਿਓ, ਅਤੇ ਜੇਕਰ ਆਪਾਂ ਸਤਿਗੁਰ ਦੀ ਬਾਣੀ ਪੜ੍ਹ ਕੇ ਦੇਖੀ ਨਾ, ਫਿਰ ਮਹਾਰਾਜ ਇਸ ਗੱਲ ਸਾਨੂੰ, ਫਿਰ ਸਾਧ ਸੰਗਤ ਜੀ ਸਾਨੂੰ ਮਹਾਰਾਜ ਇਸ ਗੱਲ ਦਾ ਸਨਮਾਨ ਕਰਦੇ, ਮਹਾਰਾਜ ਕਹਿੰਦੇ ਆ ਗੁਰ ਸੇਵਾ ਅਤੇ ਭਗਤ ਕਮਾਈ ਤਾਵੇ ਮਾਨਸ ਦੇਹੀ ਪਾਈ, ਕਹਿੰਦੇ ਸੋ ਦੇਹੀ ਤੋਂ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜੰਗ ਕਾ ਇਹੀ ਨਾਮ। ਸਾਨੂੰ ਦੋ ਕਾਰਜਾਂ ਦੇ ਬਾਅਦ ਸਤਿਗੁਰ ਨੇ ਦੇਹੀ ਦਿੱਤੀ ਹੈ, ਇੱਕ ਕਾਰਜ ਹੈ ਗੁਰੂ ਦੀ ਸੇਵਾ, ਔਰ ਇੱਕ ਆ ਫਿਰ ਗੁਰੂ ਦੀ ਭਗਤੀ, ਗੁਰੂ ਦੀ ਬੰਦਗੀ। ਜਿਹੜੇ ਆਪਾਂ ਆਰਾਧਨਾ ਵਿੱਚ ਵਿਚਾਰ ਆਰੰਭ ਕੀਤੇ, ਉਹ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਬੀਜੈ ਬੰਦਗੀ। ਫਿਰ ਉਹ ਨਾਮ ਜਪਣ ਵਾਲੇ ਜਿਹੜੇ ਸੰਸਾਰ ਦੇ ਵਿੱਚ ਆਏ ਹਾਂ, ਦੇਖੋ ਅਸੀਂ ਰੋਜ਼ ਸਤਿਗੁਰ ਦੀ ਬਾਣੀ ਪੜ੍ਹਨ, ਸੰਧਿਆ ਦੇ ਸਮੇਂ ਆਪਾਂ ਸੋਧਨ ਦੇ ਪਾਠ ਕਰਦੇ ਹਾਂ ਜੀ, ਸਾਰੇ ਸੁਣਦੇ ਹਾਂ, ਪੜ੍ਹਦੇ ਵੀ ਆਪਾਂ
ਉਹਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਵਚਨ ਕੀਤਾ, ਮਹਾਰਾਜ ਕਹਿੰਦੇ ਆ ਭਈ ਪ੍ਰਾਪਤ ਮਾਨੁਖ ਤੇ ਹੋਈਆ ਉਹ ਬੰਦਾ ਮਿਲਣ ਕੀ ਇਹ ਮੇਰੀ ਬਣੀ। ਕਹਿੰਦੇ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਤ ਭਜ ਕੇਵਲ ਨਾਮ। ਦੇਖੋ ਸਤਿਗੁਰੂ ਕਹਿੰਦੇ ਬੰਦਿਆਂ ਤੈਨੂੰ ਮਨੁੱਖਾ ਜਨਮ ਦਿੱਤਾ ਕਾਹਦੇ ਵਾਸਤੇ, ਮਨੁੱਖਾ ਜਨਮ ਦਿੰਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਨੂੰ ਵੀ ਪਾਲ, ਆਪਣੇ ਬੱਚਿਆਂ ਨੂੰ ਵੀ ਪਾਲ, ਆਪਣੀ ਪਰਿਵਾਰਕ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆਂ ਤੂੰ ਗੋਬਿੰਦ ਨੂੰ ਮਿਲ ਸਕੇ, ਤੂੰ ਪਰਮੇਸ਼ਰ ਨੂੰ ਮਿਲ ਸਕੇ, ਕਿਉਂਕਿ ਸਾਨੂੰ ਸਮਾਂ ਦਿੱਤਾ ਮਹਾਰਾਜ ਨੇ ਪਿੰਡ ਵਾਸਤੇ ਪਿਆਰੇ। ਜੇਕਰ ਆਪਾਂ ਸੰਸਾਰ ਵਿੱਚ ਆਤੀ ਮਾਰੇ ਨਾ ਪਿਆਰ ਤੋਂ ਕਿੰਨੀਆਂ ਯੂਨਾਂ ਨੇ ਸਾਧ ਸੰਗਤ ਜੀ, ਕਹਿੰਦੇ 83,99,999 ਯੂਨਾਂ ਸੰਸਾਰ ਦੇ ਵਿੱਚ ਧਰਤੀ ਤੇ ਨੇ ਪਿਆਰੇ। ਤੁਸੀਂ ਵਿਚਾਰ ਕਰਕੇ ਦੇਖ ਲਓ ਕਿ ਯੂਨਾਂ ਵਿੱਚ ਕੋਈ ਨਾਮ ਜਪ ਸਕਦਾ ਜੀ, ਉਹ ਯੂਨਾਂ ਵਿੱਚ ਕੋਈ ਗੁਰਦੁਆਰੇ ਆ ਕੇ ਸੰਗਤ ਕਰ ਸਕਦਾ ਪਿਆਰੇ, ਦੇਖੋ ਕਿੰਨੀਆਂ ਯੂਨਾਂ ਨੇ ਸਾਧ ਸੰਗਤ ਜੀ। ਪਰ ਸਾਨੂੰ ਸਤਿਗੁਰ ਨੇ ਬਹੁਤ ਹੀ ਸੁਨਹਿਰੀ ਮੌਕਾ ਦਿੱਤਾ ਮਹਾਰਾਜ ਕਹਿੰਦੇ ਬੰਦਾ ਤੈਨੂੰ ਸਮਾਂ ਮਿਲਿਆ ਇਹ ਗੋਬਿੰਦ ਮਿਲਣ ਕੀ ਇਹ ਤੇਰੀ ਬਣੀ ਆ। ਅਸੀਂ ਸੰਸਾਰ ਦੇ ਵਿੱਚ ਆਏ ਹੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹਾਂ। ਕਹਿੰਦੇ ਨਾਮ ਜਪਣ ਨੂੰ ਜੇਵਾ ਦਿੱਤੀ ਹਰ ਦਰਸ਼ਨ ਨੂੰ ਅੱਖੀ ਪੈਰ ਚੱਲਣਾ ਕਦੇ ਸੰਗਤ ਕੀਤੀ ਤੂੰ ਦਾਨਾ ਕੀਤਾ ਹੱਥੀ। ਕਹਿੰਦੇ ਇੱਕ ਇੱਕ ਸਵਾਸ ਅਮੋਲਕ ਤੇਰਾ ਹੱਥ ਨਾ ਆਵੇ ਲੱਗੀ ਤੂੰ 24,000 ਖਰਚ ਬੰਦੇ ਦਾ। ਕਹਿੰਦੇ ਆਮਦਨ ਮੋਲ ਨਾ ਥੀਵੈ ਜਿਸ ਬੰਦੇ ਨੂੰ ਇਤਨਾ ਘਾਟਾ ਉਹ ਬੰਦਾ ਧਿਰ ਜੀਵੈ। ਦੇਖੋ ਕਹਿੰਦੇ ਬਾਣੀਆਂ ਨੇ ਨਾ ਜਿਹੜਾ ਬਾਣੀਆਂ ਸਗਾਨ ਕਰਦਾ ਜੀ, ਜੇ ਕਹਿੰਦੇ ਬਾਣੀਆਂ ਨੂੰ ਜਾਂ ਕੋਈ ਕਿਸਾਨ ਨੂੰ ਕਿਸੇ ਨੂੰ ਆਪਣਾ ਵਪਾਰ ਵਿੱਚ ਘਾਟਾ ਪੈ ਜਾਣਾ ਸਾਧ ਸੰਗਤ ਜੀ, ਕਹਿੰਦੇ ਜੇ ਬਾਣੀ ਨੂੰ ਦੋ ਤਰ੍ਹਾਂ ਕਹਿੰਦੇ ਘਾਟਾ ਪੈ ਜਾਣਾ ਵਪਾਰ ਦੇ ਵਿੱਚ ਬਾਣੀ ਨੂੰ ਸਾਰੀ ਰਾਤ ਕਹਿੰਦੇ ਨੀਂਦ ਨਹੀਂ ਆਉਂਦੀ ਸਾਧ ਸੰਗਤ ਜੀ, ਉਹ ਰੋਟੀ ਸਵਾਦ ਨਹੀਂ ਲੱਗਦੀ ਕਿ ਮੈਨੂੰ ਦੋ ਤਰ੍ਹਾਂ ਘਾਟਾ ਕਿਵੇਂ ਪੈ ਗਿਆ ਅਤੇ ਘਾਟਾ ਕਿਵੇਂ ਪੂਰਾ ਕਰਾਂਗਾ। ਸਾਨੂੰ ਕਿਤੇ ਫਸਲ ਵਿੱਚੋਂ ਘਾਟਾ ਪੈ ਜਾਵੇ, ਸਾਨੂੰ ਬਾਹਰ ਵਿੱਚ ਘਾਟਾ ਮੇਰੇ ਕੋਲ ਕਹਿੰਦਾ ਅਸੀਂ ਰੋਂਦੇ ਹਾਂ ਕਿਵੇਂ ਪਿੱਟਣੇ ਬੜਾ ਘਾਟਾ ਪੈ ਗਿਆ, ਪਰ ਸੱਜੇ ਪਾਸੇ ਕਿਤੇ ਬੰਨੇ ਨਾ ਘਾਟੇ ਬੰਨ੍ਹ ਦੀ ਗੱਲ ਛੱਡ ਦੇ ਕਿ ਘਾਟੇ ਬੰਨ੍ਹੇ ਤੇਰੇ ਪੂਰੇ ਹੋ ਜਾਣੇ ਆ। ਪਰ ਜਿਹੜੇ ਤੇਰੇ ਸਵਾਸਾਂ ਤੈਨੂੰ ਘਾਟਾ ਪੈ ਨਾ ਸਵਾਸਾਂ ਦਾ, ਉਹ 24,000 ਸਾਡੇ ਸਵਾਸ ਰੂਹ 'ਤੇ ਬਣਦੇ ਆ ਸਾਰੇ ਦਿਨ ਰਾਤ ਦੇ ਪਿਆਰੇ, ਸਾਡੇ 24,000 ਰੂਹ 'ਤੇ ਸਵਾਸ ਸਾਡੇ ਬਾਹਰ ਨਿਕਲ ਰਹੇ ਆ ਕਿ ਤੁਸੀਂ ਮੇਰੇ ਨਾਲ ਸਾਡੇ ਸਾਡੇ ਕਿੰਨੇ ਸਵਾਸ ਨਾਮ ਨਾਲ ਸਬਰੇ ਹੁੰਦੇ ਆ, ਕਿੰਨੇ ਸਾਡੇ ਸਵਾਸ ਨਾਮ ਤੋਂ ਪਹਿਲਾਂ ਵਰਤੇ ਜਾਂਦੇ ਪਏ। ਕਹਿੰਦੇ 24,000 ਖਰਚ ਬੰਦੇ ਦਾ, 24,000 ਸਾਡਾ ਖਰਚਾ ਸਵਾਸਾਂ ਦਾ ਪਿਆਰੇ, ਹੋ ਅਤੇ ਆਮਦਨ ਮੁੱਲ ਨਾ ਠੀਕ ਹੈ, ਆਮਦਨ ਕੋਈ ਹੈ ਨਹੀਂ, ਨਾਮ ਅਸੀਂ ਜਪਦੇ ਨਹੀਂ ਸਭ ਦੇ ਸਵਾਸ ਕਰਦੇ ਨਹੀਂ, ਜਿਸ ਬੰਦੇ ਨੂੰ ਇਤਨਾ ਘਾਟਾ ਉਹ ਬੰਦਾ ਕਿਵੇਂ ਜੀਵੇ, ਜਿਹਨੂੰ ਇੰਨਾ ਘਾਟਾ ਕਹਿੰਦੇ ਪਿਆਰੇ ਆ ਸਾਧ ਸੰਗਤ ਜੀ, ਬੰਦਿਆਂ ਤੋਂ ਕਿਉਂ ਨਹੀਂ ਫਿਕਰ ਕਰਦਾ ਵੀ ਹੋਰ ਘਾਟਿਆਂ ਦਾ ਬੜਾ ਫਿਕਰ ਕਰਦੇ ਹਾਂ ਜੀ, ਹਾਏ ਦੁਕਾਨ 'ਚੋਂ ਘਾਟਾ ਪੈ ਗਿਆ, ਹਾਏ ਫਸਲ 'ਚੋਂ ਘਾਟਾ ਪੈ ਗਿਆ, ਪਰ ਬੰਦਿਆ ਉਹਨਾਂ ਘਾਟਿਆਂ ਦਾ ਫਿਕਰ ਨਾ ਕਰਿਆ ਕਰ, ਜੇ ਕਿਤੇ ਸਵਾਸਾਂ ਦਾ ਤੈਨੂੰ ਘਾਟਾ ਪੈ ਗਿਆ ਤਾਂ ਯਾਦ ਰੱਖੀ ਫਿਰ ਮਹਾਰਾਜ ਕੀ ਸਮਝਾਉਣਾ ਕਰ ਰਿਹਾ। ਉਹ ਘਾਟਾ ਪੈ ਗਿਆ ਰੱਖਾਂ।
ਸਮਾਧੀਆਂ ਲਾ ਕੇ ਨਾਮ ਜਪੋ। ਆਪਾਂ ਸਾਰੇ ਗ੍ਰਹਿਸਤੀ ਆਪਾਂ ਪਰਿਵਾਰ ਵੀ ਚਲਾਉਣਾ ਜੀ,
ਜਿਹੜੇ ਮਹਾਂਪੁਰਸ਼ ਬਾਬਾ ਅਨੰਦ ਸਿੰਘ ਬਚਨ ਕਰਦੇ ਹੁੰਦੇ ਜਿਹੜਾ ਮਹਾਂਪੁਰਸ਼ ਨੇ ਜਿਹੜੇ ਘਰ ਵਾਸ ਛੱਡ ਦਿੱਤਾ ਪਿਆ ਜੋ ਕਹਿੰਦੇ 24 ਘੰਟੇ ਕਹਿੰਦੇ ਬੰਦਗੀ ਕਰੇ ਜਿਹੜਾ ਗ੍ਰਹਿਸਤੀ ਆ ਆਪਣੇ ਵੱਲ ਆਪਾਂ ਪਰਿਵਾਰ 'ਚ ਰਹਿੰਦੇ ਹਾਂ ਜੀ ਚੱਲ ਜਿਹੜਾ ਗ੍ਰਹਿਸਤੀ ਆ ਕਹਿੰਦੇ 6 ਘੰਟੇ ਕਹਿੰਦੇ ਬੰਦਗੀ ਕਰੇ ਜਿਹੜਾ ਕਹਿੰਦੇ ਜਿਹੜੀ ਪਤੀ ਪਤਾ ਇਸਤਰੀ ਆ ਉਹ 2.5 ਘੰਟੇ ਬੰਦਗੀ ਕਰੇ ਸਾਧੂ 'ਚ ਬੰਦਗੀ ਬਰਾਬਰ ਫਲਾਂ ਤੋਂ ਸਤਨਾਮ ਇੱਥੋਂ ਕਹਿੰਦਾ ਸੌਖਾ ਸਾਨੂੰ ਰਾਹ ਸਤਿਗੁਰ ਦੱਸ ਦਿੱਤਾ ਪਿਆ ਜੀ ਤੁਰਦਿਆਂ ਫਿਰਦਿਆਂ ਅਸੀਂ ਨਾਮ ਜਪ ਸਾਨੂੰ ਸਾਨੂੰ ਬੜਾ ਪਾਬੰਦੀ ਲੱਗ ਗਈ ਕਿਤੇ ਗੱਡੀ ਚਲਾ ਰਹੇ ਹਾਂ ਖੇਤਾਂ 'ਚ ਕੰਮ ਕਰਦੇ ਹਾਂ ਨਾਮ ਜਪੀ ਜਾਓ ਪਿਆ ਜੋ ਕਹਿੰਦੇ ਬਾਬਾ ਫਰੀਸਾ ਜੀ ਕੋਲ ਇੱਕ ਬੰਦਾ ਆਇਆ ਕਹਿੰਦਾ ਬਾਬਾ ਜੀ ਮੇਰਾ ਨਾ ਕਾਰੋਬਾਰ ਨਹੀਂ ਚੱਲਦਾ ਮੇਰੇ 'ਤੇ ਕਿਰਪਾ ਕਰੋ ਤੁਸੀਂ ਯੁਕਤੀ ਦੱਸ ਦਿਓ ਕਿ ਮੇਰਾ ਕੰਮ ਕਾਰ ਚੱਲੇ ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਪ੍ਰੇਮੀਆਂ ਨਾਮ ਜਪਦਾ ਹੁੰਦਾ ਨਾਮ ਕਿੰਨਾ ਕੁ ਜਪਦਾ ਕਹਿੰਦਾ ਬਾਬਾ ਜੀ ਨਾ ਜਪੋ ਸਮਾਂ ਹੀ ਨਹੀਂ ਮਿਲਦਾ ਕੀ ਕਰਾਂ ਨਾ ਜਪੋ ਸਮਾਂ ਹੀ ਨਹੀਂ ਮਿਲਦਾ ਸਵੇਰ ਤੋਂ ਤਿਆਰ ਹੋ ਕੇ ਆਪਣੇ ਘਰ ਵੱਲ ਚਲੇ ਜਾਂਦਾ ਆ ਕੇ ਰਾਤ ਨੂੰ ਸੌਂ ਜਾਂਦਾ ਅੱਜ ਦੇ ਇਨਸਾਨ ਦੀ ਵੀ ਜ਼ਿੰਦਗੀ ਐਸੀ ਬਣ ਗਈ ਸਾਰੀ ਜੀ ਲਾਈਫ ਨਾ ਪੈਰੋਂ ਬੜੀ ਬਿਜੀ ਹੋ ਗਈ ਸਾਧ ਸੰਗਤ ਜੀ ਮਹਾਰਾਜ ਬਾਜੀ ਕਹਿੰਦੀ ਆ ਕਹਿੰਦੀ ਰਾਤ ਜੇ ਸੋਵੇ ਦਿਨ ਕਰੇ ਕਾਮ ਇੱਕ ਥਣੇ ਰਹੇ ਨਾ ਹਰ ਕੋ ਨਾ ਕਹਿੰਦੇ ਸਾਰੀ ਰਾਤ ਹਰ ਦਿਨ ਬੰਦਾ ਕਹਿੰਦੇ ਕੰਮ ਕਾਰ ਕਰਦਾ ਥੱਕ ਜਾਂਦਾ ਰਾਤ ਨੂੰ ਸੌਂ ਜਾਂਦਾ ਇੱਕ ਕਹਿੰਦੀ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਹ ਬੰਦਾ ਕਹਿੰਦਾ ਬਾਬਾ ਜੀ ਕਰਦਾ ਬੜਾ ਕਰਦਾ ਨਾਮ ਜਪਣ ਪਰ ਸਮਾਂ ਨਹੀਂ ਮਿਲਦਾ ਅੱਛਾ ਬਾਬਾ ਫਰੀਦ ਸਾਹਿਬ ਕਹਿੰਦੇ ਜੀ ਕਾਲ ਫਿਰ ਕਹਿੰਦੇ ਤੈਨੂੰ ਕੋਈ ਯੁਕਤੀ ਦੱਸਾਂਗੇ ਕੱਲ੍ਹ ਨੂੰ ਕਹਿੰਦੇ ਸਾਡੇ ਕੋਲ ਕਾਗਜ਼ ਦਾ ਕੋਰਾ ਕਾਗਜ਼ ਹੈ ਕੋਈ ਕੋਰਾ ਕਾਗਜ਼ ਲੈ ਜਾਏ ਇਸ ਕੋਰੇ ਕਾਗਜ਼ ਪਰ ਅੱਧਾ ਅੱਧਾ ਰੱਖ ਕੇ ਲੈ ਕੇ ਅੱਧਾ ਅੱਧਾ ਲਿਖਣਾ ਜਦੋਂ ਤੈਨੂੰ ਸਮਾਂ ਮਿਲੂ ਅੱਧਾ ਡਿਗਰੀ ਨਾਲੇ ਕਰੀ ਲੈਂਦਾ ਅੱਧਾ ਅੱਧਾ ਕਰਕੇ ਕਾਗਜ਼ ਭਰ ਕੇ ਜਾਣਾ ਸਵੇਰ ਤੱਕ ਕਹਿੰਦੇ ਬਾਬਾ ਠੀਕ ਹੈ ਜੀ ਹੁਣ ਬੰਦਾ ਨੇ ਚਲੋ ਕਹਿੰਦੇ ਬਾਬਾ ਫਰੀਦ ਸਾਹਿਬ ਕਾਗਜ਼ ਲਿਆ ਕਾਲਮ ਲਈ ਤੁਰ ਪਿਆ ਜੇ ਕੋਰੇ ਪਾਉਣ ਲੱਗਾ ਸੋਚਦਾ ਮਨਾ ਮੈਂ ਅੱਧਾ ਅੱਧਾ ਕਰਕੇ ਕਾਗਜ਼ ਕਿਉਂ ਨਾ ਭਰ ਦੇਵਾਂ ਨਾਲੇ ਅੱਧਾ ਅੱਧਾ ਕਰੀ ਨਾਲੇ ਕਾਗਜ਼ ਕੋਲ ਲਿਖੀ ਜਾਂਦਾ ਸਾਧ ਸਿੰਘ ਜੀ ਅੱਧਾ ਤਾਂ ਕਰਦੇ ਕਰਦੇ ਘਰ ਤੱਕ ਪਹੁੰਚ ਗਿਆ ਘਰ ਜਾ ਕੇ ਜੀ ਕਹਿੰਦੇ ਘਰ ਵਾਲੇ ਤੂੰ ਪ੍ਰਸ਼ਾਦਾ ਤਿਆਰ ਕਰ ਮੈਂ ਕੁਝ ਕੰਮ ਕਰਨਾ ਕਹਿੰਦੇ ਕੀ ਕਰਨਾ ਕਹਿੰਦਾ ਮੈਂ ਕਾਗਜ਼ ਭਰਨਾ ਕਹਿੰਦੇ ਅੱਛਾ ਬੈਠਾ ਕਰ ਨਾਲੇ ਅੱਧਾ 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 ਨਾਲ ਕਹੀ ਕਹੀ ਕਹਿੰਦਾ ਨਾਲੇ ਕਾਗਜ਼ ਪਰ ਲਿਖੀ ਜਾਂਦਾ ਸਾਧ ਸਿੰਘ ਜੀ ਉਹਨੇ ਸਵੇਰ ਤੱਕ ਕਹਿੰਦੇ ਇੱਕ ਕਾਗਜ਼ ਦੀ 4 ਕਾਗਜ਼ ਅੱਧਾ ਦੇ ਨਾਲ ਭਰ ਦਿੱਤੇ ਤਿਆਰੀ ਅੱਧਾ ਨੇ ਲਿਖਿਆ 4 ਕਾਗਜ਼ ਭਰ ਲਏ ਇਸ ਬਾਅਦ ਜਦੋਂ ਬਾਬਾ ਫਰੀਦ ਸਾਹਿਬ ਜੀ ਕੋਲ ਆਇਆ ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪ੍ਰੇਮੀਆਂ ਲਿਆ ਕੇ ਕਾਗਜ਼ ਭਰਿਆ ਕਹਿੰਦਾ ਬਾਬਾ ਜੀ ਇੱਕ ਕਾਗਜ਼ ਕੀ ਮਤਲਬ 4 ਕਾਗਜ਼ ਅੱਧਾ ਦੇ ਨਾਲ ਭਰ ਦਿੱਤੇ ਅੱਧਾ ਅੱਧਾ ਲਿਖ ਕੇ 4 ਕਾਗਜ਼ ਭਰ ਦਿੱਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨਾਰੇ ਕਹਿੰਦਾ ਮੇਰੇ ਕੋਲ ਸਮਾਂ ਨਹੀਂ ਨਾਮ ਜਪਣ ਨੂੰ ਆਹ 4 ਕਾਗਜ਼ ਤੂੰ ਕਿਵੇਂ ਭਰ ਦਿੱਤੇ ਕਹਿੰਦੇ ਬਾਬਾ ਚਲੋ ਵੀ ਮੈਨੂੰ ਸਮਾਂ ਮਿਲਦਾ ਸੀ ਮੈਂ ਉਦੋਂ ਵਿਹਲੇ ਕੰਮ ਅੱਧਾ ਅੱਧਾ ਕਰੀ ਜਾਂਦਾ ਨਾਲ ਲਿਖੀ ਜਾਂਦਾ ਸੀ ਬਸ ਕਹਿੰਦੇ ਭਾਈ ਕਹਿੰਦੇ ਇਹੀ ਚੁਗਤੀ ਆ ਕਹਿੰਦੇ ਇਹੀ ਚੁਗਤੀ ਹੈ ਜਦੋਂ ਤੱਕ ਸਮਾਂ ਮਿਲਦਾ ਉਦੋਂ ਅੱਧਾ ਅੱਧਾ ਕਰੀ ਜਾਂਦਾ ਨਾਮ ਜਪਦੀ ਆ ਪਰਮੇਸ਼ਰ ਦਾ ਜਦੋਂ ਵੀ ਸਾਡੇ ਕੋਲ ਸਮਾਂ ਮਿਲਦਾ ਉਦੋਂ ਅਸੀਂ ਨਾਮ ਜਪ ਸਕਦੇ ਹਾਂ ਪਿਆਰੇ ਕੰਮ ਕਾਰ ਕਰਦੇ ਹਾਂ ਜੀ ਅਸੀਂ ਪਰਮੇਸ਼ਰ ਦੀ ਬੰਦਗੀ ਕਰ ਸਕਦੇ ਕਿਉਂਕਿ ਜਿਹੜਾ ਨਾਮ ਹੈ ਨਾ ਪਿਆਰੇ ਤਾਂ ਜੀ ਪਛਾਣ ਲੱਭ ਕੀਤੀ ਅਸੀਂ ਨਾਮ ਪਤਾ ਕਿਉਂ ਨਹੀਂ ਜਪਦੇ ਸਾਨੂੰ ਨਾਮ ਦੀ ਮਹਿਮਾ ਤਾਂ ਨਹੀਂ ਪਤਾ ਪਿਆਰੇ ਤੇ ਨਾਮ ਕਿੰਨੀ ਵੱਡੀ ਚੀਜ਼ ਹੈ ਮਾਂ ਕਹਿੰਦੇ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ ਮਨ ਤੁਹਾ ਨਾਮ ਤੇਰੇ ਸੰਗ ਸਹਾਈ ਜਿੱਥੇ ਸਾਡੀ ਕੋਈ ਮਾਤਾ ਨਹੀਂ ਸਾਡਾ ਪਿਤਾ ਨਹੀਂ ਸਾਡੀ ਭੈਣ ਨਹੀਂ ਸਾਡਾ ਭਰਾ ਨਹੀਂ ਸਾਡੇ ਦੋਸਤ ਮਿੱਤਰ ਨਹੀਂ ਉੱਥੇ ਸਾਡੀ ਸਹਾਇਤਾ ਕਿਹਨੇ ਕਹਿੰਦੇ ਪਰਮੇਸ਼ਰ ਦੇ ਨਾਮ ਨੇ ਸਾਸ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਬੰਦਿਆ ਬਸ ਇਹੀ ਚੁਗਤੀ ਹੈ ਜਦੋਂ ਤੈਨੂੰ ਸਮਾਂ ਮਿਲਦਾ ਤੂੰ ਨਾਮ ਜਪੀ ਜਾ ਅੱਜ ਦਾ ਇਨਸਾਨ ਕਹਿੰਦਾ ਕਿ ਬਾਬਾ ਜੀ ਮੈਨੂੰ ਸਮਾਂ ਨਹੀਂ ਮਿਲਦਾ ਕਿਉਂਕਿ ਨਾਮ ਚ ਜਨਤਾ ਬਣ ਗਿਆ ਸਮਾਂ ਨਹੀਂ ਮਿਲਦਾ ਦੇਖੋ ਇਨਸਾਨ ਨੂੰ ਸਮਾਂ ਤਾਂ ਮਿਲਦਾ ਪਰ ਅਸੀਂ ਸਮਾਂ ਕੱਢਦੇ ਨਹੀਂ ਪਿਆਰੇ ਨਾਰੇ ਕੰਮ ਕਰਨ ਬੰਦੇ ਨੂੰ ਸਮਾਂ ਮਿਲਦਾ ਸ਼ਰਾਬਾ ਪੀਣ ਨੂੰ ਸਮਾਂ ਮਿਲ ਜਾਂਦਾ ਚੁਗਲੇ ਨੂੰ ਸਮਾਂ ਮਿਲਦਾ ਪਰ ਇਹਨੂੰ ਤੇ ਬੰਦਗੀ ਕਰਨ ਨੂੰ ਨਾ ਨਾ ਚੱਪੇ ਨੂੰ ਸਮਾਂ ਨਹੀਂ ਮਿਲਦਾ ਪਿਆ ਜੀ ਮਾਰੇ ਬਾਣੀ ਪਤਾ ਕੀ ਕਹਿੰਦੀ ਜੀ ਕਹਿੰਦੇ ਬੁਰੇ ਕੰਮ ਕੋ ਊਠ ਖਲੋਇਆ ਕਹਿੰਦੇ ਬੰਦੇ ਨੇ ਕੋਈ ਮਾੜਾ ਕਰਮ ਕਰਨਾ ਹੋਵੇ ਇਹ ਬੰਦਾ ਦੀ ਰਾਤ ਥਾਲ ਕੇ ਲੈ ਤੰਗ ਉੱਠ ਕੇ ਤੁਰ ਪੈਂਦਾ ਜੀ ਅੱਗੇ ਕੀ ਕਹਿੰਦੇ ਕਿ ਨਾਮ ਕੀ ਵੇਲਾ ਪੈ ਪੈ ਸੋਇਆ ਤੇ ਜਦੋਂ ਨਾਮ ਜਪਣ ਦੀ ਗੱਲ ਆਉਂਦੀ ਕਹਿੰਦਾ ਮੈਨੂੰ ਨੀਂਦ ਆਉਂਦੀ ਮੈਂ ਤਾਂ ਸੌਣਾ ਕਹਿੰਦਾ ਹਜੇ ਦੇਖੋ ਸਾਸ ਨਹੀਂ ਜੀ
ਪਰ ਬਾਣੀ ਕਹਿੰਦੀ ਹੋਏ ਗੰਗ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਸਾਡੇ ਨਾਲ ਮਹਾਂਪੁਰਸ਼ ਇੱਕ ਪ੍ਰਮਾਣ ਜਿਕਰ ਸਮਝਾਉਂਦੇ ਸੀ, ਕਿਹੜੇ ਇੱਕ ਬਜ਼ੁਰਗ ਸੀ 70-80 ਸਾਲ ਦੀ ਉਮਰ ਹੋ ਗਈ, ਉਹਨੂੰ ਮਹਾਂਪੁਰਸ਼ ਕਹਿੰਦੇ ਬਜ਼ੁਰਗਾਂ ਤੋਂ ਸਿਆਣਾ ਹੋਇਆ ਉਹ ਗੁਰਦਾ ਜਾ ਕੇ ਸੰਗਤ ਕਰੇਗਾ ਨਾਮ ਜਪਿਆ ਕਰ। ਕਹਿੰਦਾ ਬਾਬਾ ਜੀ ਅੱਖਾਂ ਦਾ ਪ੍ਰਸ਼ਨ ਹੋਇਆ, ਗੋਡੇ ਮੇਰੇ ਦੁੱਖਦੇ, ਤੂੰ ਗੁਰਦੁਆਰ ਕਿੱਥੇ ਜਾਇਆ ਜਾਂਦਾ, ਹੁਣ ਤਾਂ ਘਰੇ ਬੈਠ ਕੇ ਰੱਬ ਰੱਬ ਕਰ ਲਾਂਗੇ, ਮੈਨੂੰ ਤਾਂ ਸਮਾਂ ਨਹੀਂ ਮਿਲਦਾ ਗੁਰਦੁਆਰ ਸਾਹਿਬ ਜਾਣ ਦਾ, ਕੀ ਕਰਾਂ। ਥੋੜ੍ਹੇ ਕੁ ਦਿਨਾਂ ਬਾਅਦ ਇੱਕ ਉਸੇ ਨਗਰ ਦੇ ਵਿੱਚ ਕਹਿੰਦੇ ਕੋਈ ਗਾਉਣ ਵਾਲੀ ਪਾਰਟੀ ਆਈ ਸੀ, ਗਾਉਣ ਵਾਲੀ ਪਾਰਟੀ ਤੇ ਆ ਰਹੀ, ਉਹੀ ਬਜ਼ੁਰਗ ਆਪਣੇ ਪੁੱਤਰ ਨੂੰ ਕਹਿੰਦਾ ਪੁੱਤਰਾ ਇਹ ਗੱਲ ਨੂੰ ਪਤਾ ਲੱਗਾ ਆਪਣੇ ਨਗਰ ਦੇ ਬਾਹਰ ਗਾਉਣ ਵਾਲੀ ਪਾਰਟੀ ਨੂੰ ਗੱਲ ਨੂੰ ਸਕੂਟਰ ਤੇ ਮੋਟਰ ਤੇ ਬਿਠਾ ਕੇ ਨਾ ਉੱਥੇ ਛੱਡਿਆ, ਮੈਂ ਕਦੇ ਸੁਣਿਆ ਮੈਂ ਮੇਰਾ ਟਾਈਮ ਪਾਸ ਹੋ ਜਾਊ, ਘਰ ਟਾਈਮ ਪਾਸ ਨਹੀਂ ਹੁੰਦਾ। ਤੇ ਪੁੱਤਰ ਕਹਿੰਦਾ ਬਾਪੂ ਜੀ ਤੁਹਾਡੇ ਅੱਖਾਂ ਦੋ ਵਾਰੀ ਪ੍ਰਸ਼ਨ ਹੋ ਗਿਆ, ਮੋਢੇ ਤੁਹਾਡੇ ਤੋਂ, ਤੁਸੀਂ ਉੱਥੇ ਜਾ ਕੇ ਕੀ ਕਰੋਗੇ, ਘਰ ਬੈਠੋ। ਇਹ ਪੁੱਤਰਾ ਤੁਹਾਨੂੰ ਲੈ ਲਿਆ, ਮੈਂ ਔਖਾ ਹੋ ਕੇ ਦੇਸ਼ਾਂ ਦਾ, ਦੇਖੋ ਆਹ ਮਾੜੇ ਕਾਰਨ ਤੁਹਾਨੂੰ ਔਖਾ ਹੋ ਕੇ ਵੀ ਜਾਂਦਾ, ਤੇ ਗੁਰੂ ਘਰ ਨੂੰ ਤੰਦਰੁਸਤ ਹੋ ਕੇ ਵੀ ਆਉਂਦਾ, ਕੋ ਸਭ ਨਾਮ ਸ੍ਰੀ ਮਾਰੇ ਬਾਣੀ ਬੁਰੇ ਗਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸਵੈਤਰ ਸਭ ਕੁੱਤੀ ਪਰਸ ਨੂੰ ਸਮਝਾਉਂਦੀ ਬੰਦਿਆ, ਉਹ ਸਮਝ ਆ ਕਿਉਂ ਬਹਾਨੇ ਬਣਾਈ ਜਾਂਦਾ, ਉਹ ਮਨਾ ਸੌ ਗਿਆ ਨਾਮ ਦੇ ਬੇਲੇ। ਹਰੀ ਕਿਰਪਾ ਕਰਿਓ ਜੀ, ਉਹ ਮਨਾ ਸੌ ਗਿਆ ਨਾਮ ਦੇ ਬੇਲੇ, ਤੂੰ ਮੰਦੇ ਕੰਮੀ ਜਾ ਮੇਰੇ
ਦੇਖੋ ਬੰਦਾ ਮਾੜੇ ਕੰਮ ਕਰਨ ਵਾਸਤੇ ਉੱਠ ਕੇ ਤੁਰ ਪੈਂਦਾ, ਨਾਮ ਜਪਣ ਦੀ ਗੱਲ ਹੁੰਦੀ ਕਹਿੰਦਾ ਮੈਨੂੰ ਵਾਸੀਆਂ ਨੂੰ ਨੀਂਦ ਆਉਂਦੀ, ਕਿਉਂਕਿ ਸਾਡਾ ਤਾਂ ਮਨ ਨਾ ਪਿਆਰਿਓ ਤਿਆ ਨਾਮ ਨਾਲ ਜੁੜਿਆ ਨੀ, ਅਸੀਂ ਨਾਮ ਤਾਂ ਨੀ ਜਪਣ, ਨਾਮ ਦੀ ਦੇਖੋ ਮਹਿਮਾ ਤਾਂ ਨੀ ਪਤਾ। ਮਾਰੇ ਕਹਿੰਦੇ ਬੰਦੇ ਜਿੱਥੇ ਤੇਰੀ ਕਿਸੇ ਨੇ ਵੀ ਸਹਾਇਤਾ ਨੀ ਨਾ ਕਰਨੀ ਉੱਥੇ ਤੇਰਾ ਸਹਾਈ ਨਾਮ ਨੀ ਹੋਣਾ ਪਿਆਰਿਓ, ਪਤਾ ਹੋਵੇ ਜੇ ਨਾਮ ਜਪਿਆ ਹੋਵੇਗਾ ਸਾਧ ਸਿੰਘ ਜੀ, ਜੇ ਨਾਮ ਧਨ ਪੰਨੇ ਵਿੱਚ ਹੋਊਗਾ ਤਾਂ ਹੀ ਸਾਡੀ ਸਹਾਇਤਾ ਨਾਮ ਕਰੂਗਾ। ਦੇਖੋ ਨਾਮ ਦੀ ਮਹਿਮਾ ਨਾ ਸਰਵ ਵਿਚਾਰ ਸਭ ਕੀਤੀ ਹੈ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ। ਦੇਖੋ ਨਾਮ ਦੀ ਕਿੱਡੀ ਮਹਿਮਾ, ਨਾਮ ਦੀ ਕਿੱਡੀ ਵਡਿਆਈ ਹੈ। ਜਿਹੜੇ ਨਾਮ ਜਪਦੇ ਨਾ ਸਾਧ ਸਿੰਘ ਜੀ, ਉਹ ਆਪ ਤਾਂ ਉਹਨਾਂ ਦਾ ਜੀਵਨ ਤਰ ਭਲਾ ਤਾਂ ਉਹਨਾਂ ਨੂੰ ਤਰ ਜਾਂਦੇ ਆ ਜੀ, ਉਹ ਹੋਰਾਂ ਦਾ ਵੀ ਜੀਵਨ ਕਹਿੰਦੇ ਤਾਰ ਕੇ ਰੱਖ ਦਿੰਦੇ ਆ। ਕਹਿੰਦੇ ਭਾਈ ਗੁਰਦਾਸ ਜੀ ਇੱਕ ਵਾਰ ਲਿਖੀ ਪਿਆਰੇ, ਉਹਨਾਂ ਨੇ ਨਾ ਰਾਜੇ ਜਨਕ ਦਾ ਜ਼ਿਕਰ ਕੀਤਾ, ਰਾਜੇ ਜਨਕ ਦਾ ਜੀ ਕਹਿੰਦੇ ਜਿਹੜਾ ਰਾਜਾ ਜਨਕ ਸੀ ਨਾ ਪਿਆਰੇ, ਕਿਸਰਾ ਪੂਜਾ ਰਾਜਾ ਹੋਇਆ ਰਾਜਾ ਜਨਕ, ਉਹਦੇ ਬਾਰੇ ਵੀ ਗੁਰਦਾਸ ਜੀ ਲਿਖਦੇ ਆ ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਜਦੋਂ ਵਚਨ ਕੀਤਾ ਸਿੱਖ ਕਹਿੰਦੇ ਆ ਭਾਈ ਸਾਹਿਬ ਜੀ ਵੀ ਭਗਤ ਤਾਂ ਹੋਰ ਵੀ ਬੜੇ ਹੋਏ ਨੇ ਸੰਸਾਰ ਦੇ ਉੱਪਰ, ਪਰ ਤੁਸੀਂ ਰਾਜਾ ਜਨਕ ਵੱਡਾ ਭਗਤ ਕਿਉਂ ਆਖਿਆ? ਤੇ ਭਾਈ ਗੁਰਦਾਸ ਜੀ ਕਹਿੰਦੇ ਪ੍ਰੇਮਿਓ ਗੱਲ ਇਹ ਆ ਵੀ ਜਿੰਨੇ ਵੀ ਭਗਤ ਹੋਏ ਨਾ ਸਾਡੀ ਮਾਤ ਦੀ ਬਾਣੀ ਵੀ 15 ਭਗਤ ਨੇ ਜੀ, 15 ਭਗਤ ਦੀ ਬਾਣੀ ਦਰਜ ਹੈ। ਤੇ 15 ਦੇ 15 ਭਗਤ ਜਿਹੜੇ ਸੀ ਸਾਧ ਸੀ, ਤੰਨ ਕਰਕੇ ਗਰੀਬ ਸੀ, ਕੋਈ ਕੱਪੜਾ ਬੁਣ ਕੇ ਗੁਜ਼ਾਰਾ ਕਰਦਾ ਜੀ, ਕੋਈ ਕੱਪੜੇ ਧੋ ਕੇ ਗੁਜ਼ਾਰਾ ਕਰਦਾ, ਕੋਈ ਜੋੜੇ ਕੱਢ ਕੇ ਗੁਜ਼ਾਰਾ ਕਰਦਾ। ਇਹ 15 ਦੇ 15 ਭਗਤ ਤੰਨ ਕਰਕੇ ਭਾਵੇਂ ਗਰੀਬ ਸੀ ਪਰ ਇਹਨਾਂ ਦਾ ਮਨ ਬੜਾ ਅਮੀਰ ਸੀ ਪਿਆਰੇ, ਇਹਨਾਂ ਦੇ ਹਿਰਦੇ ਵਿੱਚ ਨਾਮ ਦਾ ਧਨ ਸੀ। ਜੇ ਕੋਈ ਨਾਮ ਧਨ ਹੋਵੇ ਬਾਣੀ ਨੂੰ ਅਮੀਰ ਮੰਨਦੀ ਆ ਪਿਆਰੇ। ਅਸੀਂ ਕਹਿੰਦੇ ਹਾਂ ਜੀ ਜਿਹੜੀ 4-5 ਕੋਠੀ ਹੈ ਨੌਕਰ ਚਾਕਰ ਕੇ ਪਿੱਛੇ ਫਿਰ ਕੇ ਗੱਡੀ ਕਰੋ ਬੰਦਾ ਅਮੀਰ ਨਹੀਂ ਪਿਆਰੇ। ਸੱਚੇ ਪਾਤਸ਼ਾਹ ਕੌਣ ਵੱਡਾ? ਮਾਇਆ ਵਡਿਆਈ ਨਹੀਂ ਨਹੀਂ ਬਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਜਿਹੜੀ ਕਹਿੰਦੇ ਲਿਵ ਰਾਮ ਲੱਗੇ ਉਹ ਬੰਦਾ ਵੱਡਾ ਸਾਧ ਸਿੰਘ ਜੀ, ਜਿਹਦੇ ਨਾਮ ਦਾ ਧਨ ਸਾ ਦੁਨੀਆਂ ਦਾ ਰਾਜਾ ਮੰਨੇ ਬਾਣੀਆਂ ਨੂੰ। ਕਹਿੰਦੇ ਰਾਜਾ ਸਾਰੀ ਸ੍ਰਿਸ਼ਟ ਕਾ ਪਰ ਨਾਮ ਮਨ ਪਿੰਡਾ। ਕਹਿੰਦੇ ਭਗਤਾਂ ਜਿਹੜੇ ਭਗਤ ਸੀ ਇਹ ਗਰੀਬ ਸੀ ਪਰ ਅੱਜ ਸਾਨੂੰ ਤਾਂ ਵੱਡਾ ਭਗਤ ਆ ਗਿਆ ਜਿਹੜਾ ਰਾਜ ਜਨਕ ਹੋਇਆ ਨਾ ਪਿਆਰੋ। ਦੇਖੋ ਇਹ ਮਹਿਲ ਮਕਾਨ ਬੜੇ ਵਧੀਆ ਸੀ, ਪਰਜਾ ਆਪਾਂ ਸਤਿਕਾਰ ਕਰਦੀ ਸੀ, ਤਨ ਪਦਾਰਥ ਬੜਾ ਸੀ, ਮਾਇਆ ਬੜੀ ਸੀ ਰਾਜ ਜਨਕ ਦੇ ਕੋਲ, ਪਰ ਤਾਂ ਕਹਿੰਦੇ ਤਾਂ ਕਹਿੰਦੇ ਹੁਕਮਾਂ ਦਿੱਤੀ ਆ ਕਿ ਰਾਜ ਜਨਕ ਹੋਇਆ ਨਾ, ਇਹਨੇ ਕਹਿੰਦੇ ਸਾਧ ਸਿੰਘ ਜੀ ਕਹਿੰਦੇ ਰਾਜ ਵੀ ਕੀਤਾ ਤੇ ਜੋਗ ਵੀ ਕਮਾਇਆ ਪਿਆ। ਜਿੰਨੇ ਵੀ ਭਗਤ ਹੋਏ ਨਾ ਵੱਡੇ ਵੱਡੇ ਭਗਤ ਜਿੰਨੇ ਵੀ ਰਾਜੇ ਹੋਏ ਨੇ ਸਾਧ ਸਿੰਘ ਜੀ, ਉਹ ਰਾਜਿਆਂ ਨੇ ਰਾਜਪਾਲ ਛੱਡ ਕੇ ਕਹਿੰਦੇ ਸਾਧ ਸਿੰਘ ਜੀ ਕਹਿੰਦੇ ਭਗਤ ਬਣੇ ਆ। ਰਾਜੇ ਪੀਤੇ ਵਰਗੇ, ਰਾਜੇ ਗੋਪੀ ਚੰਦ ਵਰਗੇ, ਰਾਜੇ ਭਗਤੀ ਵਰਗੇ, ਰਾਜੇ ਅਗਮ ਵਰਗੇ ਪਿਆਰੇ, ਜਿੰਨੇ ਵੀ ਰਾਜੇ ਹੋਏ ਨੇ ਸਾਰੇ ਰਾਜ ਨੂੰ ਛੱਡ ਕੇ ਭਗਤ ਬਣੇ। ਪਰ ਇੱਕ ਰਾਜਾ ਜਨਕ ਐਸਾ ਜਨਕ ਰਾਜਾ ਹੋਇਆ ਜਿਹਨੇ ਜੋਗ ਵੀ ਕਮਾਇਆ ਔਰ ਕਹਿੰਦੇ ਭਗਤੀ ਵੀ ਕੀਤੀ ਆ। ਕਹਿੰਦੇ ਮਾਇਆ ਦੇ ਵਿੱਚ ਰਹਿੰਦੇ ਆ ਵੀ ਨਿਰਲੇਪ ਰਿਹਾ ਪਿਆਰੇ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਨ ਮੈਂ ਕਮਲ ਅਲੇਪ। ਜਿਹੜਾ ਬ੍ਰਹਮ ਕਹਿੰਦੇ ਆ ਕਹਿੰਦੇ ਮਾਇਆ ਵਿੱਚ ਵੀ ਨਿਰਲੇਪ ਰਹਿੰਦਾ ਪਿਆਰੇ। ਕਹਿੰਦੇ ਰਾਜੇ ਜਨਕ ਬਾਰੇ ਤਾਂ ਭਾਈ ਗੁਰਦਾਸ ਜੀ ਕਹਿੰਦੇ ਹੁਕਮਾਂ ਦਿੱਤੀ ਆ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਅੱਗੇ ਕਹਿੰਦੇ ਤਾਂ ਕਹਿੰਦੇ ਹੁਕਮਾਂ ਕੀਤੀ ਆ ਵੀ ਜਿਹੜਾ ਭਗਤ ਰਾਜਾ ਜਨਕ ਹੋਇਆ ਬਹੁਤ ਵੱਡਾ ਪਰਪਕਾਰੀ ਰਾਜਾ ਹੋਇਆ ਪਿਆਰੇ। ਕਹਿੰਦੇ ਤੇਰੇ ਨੇ ਨਾਮ ਜਪਣਾ ਬੰਦਗੀ ਕਰਦੀ, ਨਾਲੇ ਕਹਿੰਦੇ ਆਪਣੀ ਪਰਜਾ ਦਾ ਵੀ ਬੜਾ ਖਿਆਲ ਰੱਖਣਾ, ਰਾਤ ਨੂੰ ਜਿਹੜਾ ਭੇਸ ਬਦਲ ਕੇ ਪਰਜਾ ਵਿੱਚ ਫਿਰ ਕੇ ਆਉਣਾ, ਕੋਈ ਪਰਜਾ ਕੋਈ ਤੁਸੀਂ ਤਾਂ ਨਹੀਂ, ਕੋਈ ਐਡਾ ਪਰਪਕਾਰੀ ਰਾਜਾ ਸੀ ਰਾਜਾ ਜਨਕ ਪਿਆਰੇ। ਜਦੋਂ ਕਹਿੰਦੇ ਸਮਾਂ ਬਣਿਆ ਰਾਜੇ ਜਨਕ ਨੇ ਫਿਰ ਬੜੀ ਬੰਦਗੀ ਕੀਤੀ ਹੈ ਜੀ, ਸਮਾਂ ਆ ਗਿਆ ਰਾਜੇ ਜਨਕ ਦਾ ਸੰਸਾਰ ਤੋਂ ਜਾਣ ਦਾ। ਜਿਹੜਾ ਸਮਾਂ ਪੈ ਜਗਵੀਰ ਸਿੰਘ ਉੱਪਰ ਆਇਆ ਨਾ ਪਿਆਰਿਓ, ਇਹ ਸਮਾਂ ਸਾਰਿਆਂ ਉੱਪਰ ਆਉਣਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਸਰਬਾਰੀ ਸਭ ਦੀ ਆਉਣੀ ਇੱਕ ਦਿਨ ਪਿਆਰਿਓ। ਜਦੋਂ ਕਹਿੰਦੇ ਰਾਜੇ ਜਨਕ ਦੀ ਵਾਰੀ ਆਈ ਨਾ ਸੰਸਾਰ ਤੋਂ ਜਾਣ ਦੀ ਪਿਆਰਿਓ, ਦੇਖੋ ਨਾਮ ਜਪਣ ਵਾਲੇ ਕਿੱਡਾ ਸਤਿਕਾਰ ਕਰਦੇ ਆ।
ਕਹਿੰਦੇ ਉਸ ਸਮੇਂ ਫਿਰ ਕਹਿੰਦੇ ਨਾ ਸਾਧ ਸਿੰਘ ਜੀ ਕਹਿੰਦੇ ਨਰਸਿੰਘ ਦੇ ਬੱਚਿਆਂ ਲੱਗ ਪਏ। ਕਹਿੰਦੇ ਬਵਾਲ ਆਏ, ਕਹਿੰਦੇ ਨੇਕ ਰੂਹਾਂ ਭਗਤ ਜਨ ਸੰਤ ਮਹਾਂਪੁਰਸ਼ ਰਾਜਾ ਨੂੰ ਲੈਣ ਵਾਸਤੇ ਆਏ ਸਾਧ ਸਿੰਘ ਜੀ। ਜਦੋਂ ਕਹਿੰਦੇ ਲੈਣ ਵਾਸਤੇ ਆ ਰਹੇ ਨੇ ਗੁਰੂ ਪਿਆਰਿਓ, ਕਹਿੰਦੇ ਬਵਾਲਾਂ ਵਿੱਚ ਬਿਠਾ ਕੇ ਤੇ ਰਾਜੇ ਜਨਕ ਨੂੰ ਸੱਚਖੰਡ ਨੂੰ ਲੈ ਕੇ ਜਾ ਰਹੇ ਨੇ ਅੱਗੋਂ ਸਤਨਾਮ। ਫਿਰ ਅੱਗੇ ਕਹਿੰਦੇ ਬਾਲ ਉਚਾਰਨ ਕੀਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਕਹਿੰਦੇ ਦੇਵ ਲੋਕ ਨੂੰ ਚੱਲਿਆ ਜਾਣਕ ਦਰਬ ਸਾਧ ਸੁਖ ਉਦਾਸੀ। ਜਦੋਂ ਕਹਿੰਦੇ ਸੱਚਖੰਡ ਨੂੰ ਚੱਲਿਆ ਨਾ ਰਾਜਾ ਜਨਕ, ਤਾਂ ਇਹਨੂੰ ਬੜਾ ਸਤਿਕਾਰ ਹੋ ਰਿਹਾ ਪਿਆ। ਕਿਉਂ? ਨਾਮ ਜਪਣ ਵਾਲਾ ਇੱਥੇ ਵੀ ਸਤਿਕਾਰ ਹੁੰਦਾ, ਦਰਗਾਹ ਵਿੱਚ ਸਤਿਕਾਰ ਹੁੰਦਾ। ਮਾਲਕ ਨੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੁੱਟ। ਕਹਿੰਦਾ ਰੇਰੇ ਗਲ ਗਏ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਵ। ਕਹਿੰਦੇ ਦਰਗਾਹ ਦੇ ਵਿੱਚ ਵੀ ਕਹਿੰਦੇ ਬੜਾ ਸਤਿਕਾਰ ਹੁੰਦਾ ਨਾਮ ਜਪਣ ਵਾਲੇ ਦਾ, ਪਿਆਰੇ ਸੰਸਾਰ ਵਿੱਚ ਸਤਿਕਾਰ ਹੋਣੇ ਆ ਸਾਧ ਸਿੰਘ ਜੀ। ਪਰ ਜਦੋਂ ਕਹਿੰਦੇ ਰਾਜੇ ਜਨਕ ਨੂੰ ਲੈ ਕੇ ਜਾ ਰਹੇ ਨਾ, ਸਾਧ ਸਿੰਘ ਬਵਾਲਾਂ ਵਿੱਚ ਬੈਠੇ ਨੇ, ਨਰ ਸਿੰਘੇ ਵੱਜ ਰਹੇ ਆ, ਬੜੇ ਸੰਤ ਮਹਾਂਪੁਰਸ਼ ਅਨੇਕ ਰੂਹਾਂ ਲਾਲ ਜਾ ਰਹੀਆਂ, ਜਿਵੇਂ ਰਾਜ ਜਨਕ ਜਾ ਰਹੇ, ਵੱਡਾ ਭਗਤ ਹੋਇਆ ਰਾਜ ਜਨਕ ਬਈ, ਜਿਹਨੇ ਰਾਜ ਵੀ ਕਮਾਇਆ ਤੇ ਜੋਗ ਵੀ ਕਮਾਇਆ ਪਿਆਰੇ। ਰਾਜੇ ਜੋਗੀ ਰਾਤ ਹੁੰਦਾ ਜੁੜਿਆ ਹੋਇਆ, ਜਿਹੜਾ ਨਾਮ ਨਾਲ ਜੁੜ ਜਾਓ ਜੋਗੀ ਕਹਿੰਦੇ ਆ ਪਿਆਰੇ। ਦੇਖੋ ਜੇ ਨਾ ਗੁਰੂ, ਜੇ ਸਾਡਾ ਗੁਰੂ ਰਾਜਾ ਨਾ, ਫਿਰ ਖਿਆਲ ਕਰਿਓ ਸਿੱਖ ਵੀ ਰਾਜਾ ਸਾਧ ਸਿੰਘ ਜੀ। ਸਾਨੂੰ ਮਹਾਰਾਜ ਮੰਗਤ ਨੇ ਬਣਾਏ, ਮਾਫ਼ ਕਰ ਦੇਣਾ, ਅੱਜ ਆ ਕੇ ਸਿੱਖੀ ਦਾ ਬਾਲ ਨਾ ਕਹੀਏ ਸਾਡੇ ਘਰਾਂ ਵਿੱਚ ਆਉਂਦੇ ਮੰਗਣ ਵਾਸਤੇ ਜੀ, ਪਰ ਸਾਨੂੰ ਅੱਜ ਦਾਨੇ ਆਸ਼ਰਮ ਦਾ ਦਾਨੇ ਆਸ਼ਰਮ ਤੋਂ ਆਏ ਜੀ, ਸਾਡੇ ਘਰੋਂ ਮੰਗ ਕੇ ਮਾਇਆ ਤੇ ਜਾ ਕੇ ਸ਼ਾਬਾ ਪੀਂਦੇ ਠੇਕਰ ਖੁਦ ਬੈਠੇ ਨੇ ਦਾਸ ਨੇ ਸਾਧ ਸਿੰਘ। ਸਿੱਖ ਗੁਰੂ ਦਾ ਰਾਜਾ, ਸਿੱਖ ਗੁਰੂ, ਸਿੱਖ ਗੁਰੂ ਦਾ ਜਿਹੜਾ ਆ ਮੰਗਤਾ ਨਹੀਂ ਪਿਆ, ਸਾਨੂੰ ਮਹਾਰਾਜ ਨੇ ਰਾਜੇ ਬਣਾਇਆ। ਮਾਨੀ ਜੋ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਤਾਂ ਪ੍ਰਭੂ ਸਿਮਰਨ ਕਹਿੰਦਾ ਰਾਜ ਸਾਡਾ ਗੁਰੂ ਰਾਜਾ ਸਿੱਖ ਦਾ ਰਾਜੇ ਆ ਸਾਧ ਸਿੰਘ। ਅੱਜ ਅਸੀਂ ਥਾਂ ਥਾਂ ਜਾ ਕੇ ਮੰਗਦੇ ਫਿਰਦੇ ਨੇ ਉਹਨਾਂ ਬਾਰੇ, ਤੇ ਮਹਾਂਪੁਰਸ਼ ਧਾਰਨਾ ਪੜ੍ਹਦੇ ਹੁੰਦੇ ਸੀ, ਕਹਿੰਦੇ ਪਿਆਰਿਓ ਸਿੱਖ ਤਾਂ ਗੁਰੂ ਦਾ ਰਾਜਾ ਹੈ, ਪਰ ਅੱਜ ਬਾਣ ਮੰਗ ਪੈ ਖਾਣ ਦੀ ਪੈ ਗਈ, ਮੰਗ ਮੰਗ ਕੇ ਖਾਂਦੇ ਨੇ ਜਿਹੜੇ ਸਾਧ ਸਿੰਘ ਜੀ। ਇਸ ਤਰ੍ਹਾਂ ਮਹਾਰਾਜ ਬਾਣੀ ਵਿੱਚ ਮਹਾਂਪੁਰਸ਼ ਧਾਰਨਾ ਪੜ੍ਹਿਆ ਕਰਦੇ ਸੀ, ਉਹ ਪਿਆਰੇ ਸਿੱਖ ਤਾਂ ਗੁਰੂ ਦਾ ਮਾਰ ਮੇਰੀ।
ਸਰਬ ਕੇ ਰਾਜੇ ਜਿਹੜੇ ਨਾਮ ਜਪਣ ਦੁਨੀਆਂ ਦੇ ਰਾਜੇ ਨੇ ਸਾਨੂੰ ਸਿੱਖ ਕਦੇ ਮੰਗਦਾ ਨਹੀਂ ਪਿਆ ਜੀ ਤੇ ਸਿੱਖ ਗੁਰਦਾ ਰਾਜਾ ਸਾਹ ਸਿੰਘ ਜੀ ਅੱਜ ਕਹਿੰਦੇ ਰਾਜੇ ਚੰਨ ਜਦੋਂ ਲੈ ਕੇ ਜਾ ਰਹੇ ਨਾ ਸੱਚਖੰਡ ਨੂੰ ਪਿਆਰਿਓ ਬੜੇ ਕਹਿੰਦੇ ਸਤਿਕਾਰ ਹੋ ਰਿਹਾ ਭਗਵਾਨਾਂ ਵਿੱਚ ਰਾਜ ਜਾਨਕ ਜੀ ਬੈਠੇ ਨੇ ਵੱਡਾ ਭਗਤ ਹੈ ਰਾਜਾ ਜਾਨਕ ਨੇ ਬੰਦਗੀ ਕੀਤੀ ਹੈ ਪਰਪਕਾਰੀ ਰਾਜਾ ਹੋਇਆ ਜੋ ਜਾ ਰਹੇ ਨਾ ਕਹਿੰਦੇ ਨਰਕ ਆ ਗਏ ਨਰਕ ਸਾਹ ਸਿੰਘ ਜੀ ਤੇ ਜਦੋਂ ਨਰਕਾ ਨੇ ਕੋਈ ਲੰਘਣ ਲੱਗੇ ਕਿ ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਜੰਗਪੁਰ ਗਿਆ ਪੁਕਾਰ ਸੁਣ ਬਲਾਵ ਜੀ ਨਰਕ ਨਿਵਾਸ ਜਦੋਂ ਨਰਕਾ ਨੇ ਕੋਈ ਲੰਘਣ ਲੱਗਿਆ ਕਿ ਨਹੀਂ ਨਰਕਾ ਦੇ ਵਿੱਚ ਬੜੀ ਕਹਿੰਦੇ ਹਾਏ ਗੁਰਦਾਸ ਦੀ ਆਵਾਜ਼ ਆ ਰਹੀ ਹੈ ਕਹਿੰਦੇ ਉੱਥੇ ਜੀਵ ਤੜਫ ਰਹੇ ਨੇ ਕਿਸੇ ਨੂੰ ਅੱਗ ਦੇ ਵਿੱਚ ਸੁੱਟਿਆ ਜਾ ਰਿਹਾ ਕੋਈ ਪੱਖਾ ਟੰਗਿਆ ਥੱਲੇ ਅੱਗ ਬਾਲੀ ਹੋਈ ਹੈ ਜੋ ਤੇਜ ਕੜਾਹੇ ਵਿੱਚ ਕਹਿੰਦੇ ਸੁੱਟਿਆ ਜਾ ਰਿਹਾ ਉਹਦੇ ਵਿੱਚ ਪੀੜਿਆ ਜਾ ਰਿਹਾ ਉੱਪਰ ਦੇਖੋ ਇਹ ਸਜਾਵਾਂ ਸਾਰੀ ਮਿਲਦੀਆਂ ਗੁਰੂ ਪਿਆਰਿਓ ਅੱਜ ਕਈ ਕਹਿੰਦੇ ਲੈ ਬਾਬਾ ਜੀ ਬਾਣੀ ਵਿੱਚ ਕਹੀ ਤੁਸੀਂ ਆਪਣੇ ਕੋਲ ਕਹੀ ਜਾਂਦੇ ਉੱਪਰ ਕਿਹੜਾ ਕਿਸੇ ਨੇ ਦੇਖਿਆ ਜੀ ਕਹਿੰਦੇ ਤੇਰ ਮੇਰੀ ਗੱਲ ਝੂਠੀ ਹੋ ਸਕੇ ਪਰ ਸਤਿਗੁਰ ਦੀ ਬਾਣੀ ਕਹਿੰਦੀ ਹੈ ਉਹ ਬਨਾਤੀ ਸੁਣ ਮੇਰੇ ਮੀਤਾ ਸੰਤ ਤੈਰ ਕੀ ਬੇਲਾ ਇਹ ਖਾਦ ਚਲੋ ਹਰ ਲਾਹ ਆਗੈ ਪਸੰਦ ਸੁਹੇਲਾ ਜੇ ਅੱਗੇ ਹੈ ਤਾਂ ਹੀ ਅੱਗੇ ਜਵਾਨ ਗੱਲ ਕੀਤੀ ਸੱਚੇ ਪਾਇਮਾਨ ਕਹਿੰਦੇ ਅੱਗੇ ਧਰ ਦੀ ਕੀਰਤ ਬਚੀਏ ਤਾਂ ਲੇਖਾ ਕਰ ਸਮਝਾਇਆ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁੱਖ ਲੈ ਕੇ ਚੰਗੇ ਦੇਖੋ ਕਿੰਨੇ ਬੰਦੇ ਬਾਣੀ ਵਿੱਚ ਆਉਂਦੇ ਨੇ ਇੱਥੇ ਕਹਿੰਦੇ ਕੋਈ ਟਾਈ ਕਰੀਓ ਮਾਰੇ ਕਰ ਲਓ ਖਾਈ ਪੀਓ ਸ਼ਰਾਬਾ ਕਿਹੜਾ ਕੋਈ ਪੁੱਛਦਾ ਕਹਿੰਦੇ ਖਾ ਪੀਓ ਕਰੋ ਆਨੰਦ ਆ ਜਾ ਮਿੱਠਾ ਕਹਿੰਦਾ ਕਿ ਨਹੀਂ ਡਿੱਠਾ ਕਹਿੰਦੇ ਪਤਾ ਉਦੋਂ ਦੱਸ ਜਦੋਂ ਕਹਿੰਦੇ ਜਮਾਂ ਦੀ ਮਾਰ ਸਹਿਣੀ ਪੈਣੀ ਸਾਹ ਸਿੰਘ ਜੀ ਅੱਜ ਦੇਖੋ ਬਾਕੀ ਜਿਹੜੇ ਜੀਵ ਸਿਆਂ ਜਿਹੜੇ ਨਜ਼ਰ ਨੇ ਮਾਰੇ ਕਰਮ ਕੀਤੇ ਸੀ ਅੱਜ ਕਹਿੰਦੇ ਨਰਕਾਂ ਦੇ ਵਿੱਚ ਹੁਣ ਕੁਰਲਾ ਰਹੇ ਨੇ ਪਿਆਰੇ ਨਰਕਾਂ ਵਿੱਚ ਕੁਰਲਾ ਰਹੇ ਨੇ ਸਾਹ ਸਿੰਘ ਜੀ ਕਿਸੇ ਨੂੰ ਅੱਗ ਵਿੱਚ ਸੁੱਟਿਆ ਜਾ ਰਿਹਾ ਤੇਲ ਦੇ ਕੜਾਹੇ ਵਿੱਚ ਤਲਿਆ ਜਾ ਰਿਹਾ ਜਦੋਂ ਕਹਿੰਦੇ ਹਾਏ ਹਾਏ ਦੀ ਆਵਾਜ਼ ਨਾ ਪਰਾ ਜਨਕ ਦੇ ਕੰਨਾਂ ਦੇ ਵਿੱਚ ਪਈ ਤੇ ਸਾਹ ਸਿੰਘ ਜੀ ਜੰਗ ਜੀ ਰੁਕ ਗਏ ਰਾਜ ਜਨਕ ਜੀ ਖੜ ਗਏ ਤੇ ਦੇਵਤੇ ਕਹਿੰਦੇ ਮਹਾਰਾਜ ਜੀ ਤੁਸੀਂ ਤੇ ਕਿਉਂ ਖੜੇ ਨੇ ਨਰਕ ਨੇ ਤੁਸੀਂ ਸੱਚਖੰਡ ਨੂੰ ਜਾ ਚਲੋ ਤੁਸੀਂ ਰਾਜਾਨ ਜੀ ਕਹਿੰਦੇ ਜਾਣ ਤਾਂ ਮੈਂ ਸੱਚ ਖੰਡੇ ਨੂੰ ਆਇਆ ਪਰ ਆਏ ਵਿੱਚ ਜਿਹੜੇ ਮੈਂ ਨਰਕੀ ਜੀਵ ਆ ਕਹਿੰਦੇ ਕੁਰਲਾ ਰਹੇ ਨੇ ਤੇ ਮੈਨੂੰ ਵਾਜਾ ਮਾਰ ਕੇ ਕਹਿੰਦੇ ਪ੍ਰੇਮੀਆ ਸਾਨੂੰ ਇਸ ਨਰਕ ਤੋਂ ਬਾਹਰ ਕਰ ਸਾਡੀ ਨੂੰ ਕਿਤੇ ਬੰਦ ਖਲਾਸੀ ਕਰਾ ਦੇ ਸਾਡੇ ਤੇ ਕਿਰਪਾ ਕਰੋ ਸਾਨੂੰ ਸਾਡੀ ਬੰਦ ਖਲਾਸੀ ਕਰਦੇ ਸੀ ਤੇ ਤੜਫ ਰਹੇ ਹਾਂ ਸਾਡੇ ਤੇ ਤੁਸੀਂ ਦੁੱਖ ਭੋਗ ਰਹੇ ਹਾਂ ਦੇਖੋ ਜਿਹੜੇ ਨਾ ਮੇਰੇ ਨਰਕੀ ਜੀਵ ਉਹ ਤਾਂ ਨਰਕ ਵਿੱਚ ਕਰਾਉਂਦੇ ਨੇ ਬਿਲਕਦੇ ਨੇ ਸਾਹ ਸਿੰਘ ਜੀ ਪਰ ਜਿਹਨਾਂ ਨੇ ਇੱਥੇ ਵੀ ਨਾਮ ਨਹੀਂ ਜਪੇ ਹੋਵੇ ਇੱਥੇ ਬਿਲਕਦੇ ਆ ਸਾ ਇਹਨਾਂ ਭੁਲੇਖਾ ਰੱਖਿਓ ਮਨ ਦੇ ਵਿੱਚ ਉਹ ਇੱਥੇ ਉਹ ਵੀ ਇੱਥੇ ਤੜਫਦੇ ਨੇ ਕੌਣ ਤਪਦੇ ਮਾਰੇ ਬਾਣੀ ਕਹਿੰਦੀ ਜੋ ਤਪਤ ਹੈ ਬਾਰੋ ਬਾਰ ਤਪ ਤਪ ਖੱਪੈ ਬਹੁਤ ਵਿਕਾਰ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਣ ਲਾਏ ਪੱਕਾ ਰੋਗੀ ਕਹਿੰਦੇ ਕੋਹੜ ਦੇ ਰੋਗ ਜਿਹਨੂੰ ਕੋਹੜਾ ਰੋਗ ਹੋ ਜਾਏ ਨਾ ਪੈਰ ਦੇਖੋ ਕਿਵੇਂ ਬਿਲਕਦਾ ਸਾਹ ਸੁਣੀ ਜਿਹਨੂੰ ਕੋਹੜ ਦਾ ਰੋਗ ਹੋ ਜਾਏ ਦੇਖੋ ਸਰੀਰ ਤੇ ਮੱਖੀਆਂ ਭਿੜਕਦੀਆਂ ਬਦਬੂ ਆਉਂਦੀ ਘਰ ਦੇ ਵੀ ਨਮਕ ਕਰਦੇ ਬਾਹਰ ਕਰੋ ਕਰ ਦਿੰਦੇ ਸਾਹ ਸੁਣੀ ਜੀ ਉਹ ਇਸ ਤਰ੍ਹਾਂ ਕਹਿੰਦੇ ਜਿਹਨੂੰ ਪਰਮੇਸ਼ਰ ਦਾ ਨਾਮ ਵਿਸਰ ਗਿਆ ਨਾ ਪਿਆਰਿਓ ਜਿਹਨੂੰ ਪਰਮੇਸ਼ਰ ਦੀ ਬਾਣੀ ਵਿਸਰ ਗਈ ਉਹ ਇਸ ਤਰ੍ਹਾਂ ਇਹਦੇ ਤੜਫਦਾ ਬਿਲਕਦਾ ਪਿਆਰਿਓ ਅੱਜ ਜੀ ਤੁਸੀਂ ਪਤਾ ਕਿਉਂ ਹੁੰਦੇ ਅਸੀਂ ਦੁਖੀ ਤਾਂ ਅਸੀਂ ਪਰਮੇਸ਼ਰ ਨਾਮ ਨਹੀਂ ਜਪਦੇ ਪਿਆ ਕਿਉਂ ਮਾਰੇ ਬਾਣੀ ਕਹਿੰਦੇ ਬਾਜੀ ਹੋਵੇ ਨਾ ਹੀ ਪਤਾ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹੀ ਦੁਖੀ ਹੈ ਕਿ ਨਾਮ ਤੋਂ ਬਿਨਾਂ ਅਸੀਂ ਦੁੱਖ ਪਾਉਣਾ ਹੀ ਪਾਉਣਾ ਸਾਹ ਸਿੰਘ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਕਹਿੰਦੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚਿੰਤ ਉਦਾਸ ਪਰ ਥੋੜ੍ਹੇ ਥੋੜ੍ਹੇ ਸਭ ਦੁਖੀ ਸੁਖੀ ਹਰੀ ਕਾ ਦਾਸ ਸੁਖੀ ਉਹ ਜਿਹਨੇ ਪਰਮੇਸ਼ਰ ਦਾ ਨਾਮ ਜਪੇ ਨਾ ਬੰਦਗੀ ਕਰੋ ਸੁਖੀ ਹੈ ਪਿਆਰੇ ਇਹ ਸਾਰਾ ਸੰਸਾਰ ਹੀ ਦੁਖੀ ਮਾਈ ਤੁਸੀਂ ਦੁੱਖ ਪੁੱਛ ਕੇ ਦੇਖ ਲਓ ਸਾਰੇ ਦੁਖੀ ਆ ਸੰਸਾਰ ਵਿੱਚ ਪਿਆਰੇ ਕਦੇ ਮਾਹਿ ਬਾਣੀ ਕਹਿੰਦੀ ਬਾਜੀ ਹੋਵੇ ਨਾਇਕ ਪਤਾ ਨਾਨਕ ਦੁਖੀ ਆ ਸਭ ਸੰਸਾਰ ਵੱਡੇ ਵੱਡੇ ਸੰਸਾਰ ਦੇ ਪਰ ਮਹਾਰਾਜ ਜ਼ਿਕਰ ਕੀਤਾ ਬਾਣੀ ਵਿੱਚ ਰਾਜੇ ਰਾਵਣ ਵਰਗੇ ਰਾਮ ਚੰਦਰ ਵਰਗੇ ਬਾਜੀ ਵਰਗੇ ਸਾਰੇ ਦੁਖੀ ਨੇ ਨਾਮ ਤੋਂ ਬਿਨਾਂ ਪਿਆ ਤੇ ਸੁਖੀ ਉਹ ਜਿਹਨੇ ਪਰਮੇਸ਼ਰ ਦਾ ਨਾਮ ਜਪਦਾ ਭਾਵੇਂ ਕੱਖਾਂ ਛੱਪਰੀ ਵਿੱਚ ਬੈਠਾ ਉਹ ਆਪਣੇ ਆਨੰਦ ਵਿੱਚ ਆ ਪਿਆ ਨਾਮ ਦੇ ਵਿੱਚ ਵੱਡਾ ਸੁੱਖ ਹੈ ਨਾਮ ਦੇ ਵਿੱਚ ਸਾਰੀਆਂ ਬਰਕਤਾਂ ਨਾਮ ਜਪਦੇ ਨਹੀਂ ਪਿਆਰੇ
ਅੱਜ ਕਹਿੰਦੇ ਦੇਖੋ ਮਾਨ ਕਹਿੰਦੇ ਆ ਵੀ ਜਿਹੜਾ ਬੰਦਾ ਇੱਥੇ ਬਾਣੀ ਨਹੀਂ ਨਾ ਪੜ੍ਹਦਾ ਬਾਣੀ ਵਿਸਰ ਗਈ, ਕਹਿੰਦੇ ਜੈ ਤਨ ਬਾਣੀ ਵਿਸਰ ਜਾ ਜਿਉਂ ਪੱਕਾ ਲੋਕੀ ਬਦਲਾਏ। ਉਹ ਪਤਾ ਕਿਵੇਂ ਬਿਰਕਦੇ ਆ, ਕੋਰੀਆਂ ਦੇ ਬਾਹਰ ਵੀ ਬਿਰਕਦੇ ਆ, ਸਾਨੂੰ ਉਹਦੀ ਬਾਣੀ ਸਾਨੂੰ ਸਮਝ ਆਉਣਾ ਕਰਦੀ ਹੈ। ਉਹ ਜੈਨੋ ਵਿਸਰੇ ਪਰਮੇਸ਼ਰ ਦਾ ਨਾਮ ਵਿਸਰ ਗਿਆ ਕਿਉਂਕਿ ਕੋੜੀਆਂ ਦੇ ਵਾਂਗ ਬਿਲਕਦਾ ਉਹ ਤੜਫਦਾ ਪਿਆ ਹੈ।
ਅੱਜ ਕਹਿੰਦੇ ਨਾਨਕੀ ਜੀ ਜਦੋਂ ਗੁਰਦਾਰ ਆਏ ਭਾਈ ਗੁਰਦਾਸ ਜੀ ਨੇ ਦਿੱਤੇ ਆ, ਕਹਿੰਦੇ ਰਾਜਾਨ ਜੀ ਉੱਥੇ ਕਹਿੰਦੇ ਬਵਾਨ ਰੋਕ ਕੇ ਖੜ ਗਏ, ਕਹਿੰਦੇ ਭਾਈ ਮੈਂ ਤਾਂ ਅੱਗੇ ਜਾਣਾ ਜੇ ਨਾਨਕੀ ਜੀਵਾਂ ਜੀ ਅਸੀਂ ਬੰਦ ਖਲਾਸੀ ਕਰਨੀ ਹੈ। ਨਾਨਕੀ ਜੀ ਕਹਿੰਦੇ ਸਾਨੂੰ ਵੀ ਹੁਣ ਨਾਲੇ ਲੈ ਕੇ ਜਾਣੀ। ਉਹ ਦੇਵਤੇ ਕਹਿੰਦੇ ਆ ਜੀ ਵੀ ਸਾਡੇ ਬਸ ਦੀ ਗੱਲ ਤਾਂ ਨਹੀਂ, ਧਰਮ ਰਾਜ ਜਾ ਕੇ ਕਹਿਣਾ ਪਊਗਾ ਜੀ। ਕਹਿੰਦੇ ਧਰਮ ਰਾਜ ਨੂੰ ਆਖਿਓ ਲੋ ਸਭਨਾਂ ਦੀ ਘਰ ਬੰਦ ਖਲਾਸੀ। ਜਾਂਕੀ ਚਲੋ ਕਹਿੰਦੇ ਨਾ ਹੁਣ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਵੀ ਲਿਖਦੇ ਆ, ਫਿਰ ਕਹਿੰਦੇ ਬਵਾਨ ਨੂੰ ਧਰਮ ਰਾਜ ਕੋਲ ਲੈ ਕੇ ਗਏ ਨਾ। ਦੇਖੋ ਅੱਜ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਵੀ ਰਾਜਾ ਨੇ ਕਹਿੰਦੇ ਜੋ ਸੁਣੀ ਨਾ ਪੁਕਾਰ ਉਹਦਾ ਜੀਵਾ ਜੀ ਨਾਨਕੀ ਜੀ ਬਰੋ ਰਹੇ ਨੇ, ਮਨ ਵਿੱਚ ਦਇਆ ਆ ਗਈ ਸਾਧ ਸੰਗਤ ਜੀ, ਮਨ 'ਚ ਦਇਆ ਆ ਗਈ ਵੀ ਨਾਨਕੀ ਜੀ ਬੜੇ ਕੁਲਾ ਰਹੇ ਨੇ, ਬੜੀਆਂ ਸਜਾਵਾਂ ਦਿੱਤੀਆਂ ਹੋਈਆਂ ਇਹਨੂੰ ਛਡਾਉਣਾ ਕਿਸ ਤਰੀਕੇ ਨਾਲ। ਕਹਿੰਦੇ ਜਿਹੜੀ ਦਇਆ ਨਾ ਸਾਰੀ ਦਇਆ ਤੋਂ ਕਹਿੰਦੇ ਧਰਮ ਨੇ ਪੈਦਾ ਹੋਣਾ ਜੀ। ਕਹਿੰਦੇ ਧੌਲ ਧਰਮ ਦਇਆ ਕਾ ਪੁੱਤ, ਜਿਹੜੀ ਦਇਆ ਧਰਮ ਦੀ ਮਾਂ ਆ ਪਿਆਰਿਓ। ਜੇ ਤੁਹਾਡੇ ਹਿਰਦੇ ਨੂੰ ਦਇਆ ਨਹੀਂ ਤੁਸੀਂ ਧਰਮ ਨਹੀਂ ਕਮਾ ਸਕਦੇ, ਕਿਉਂਕਿ ਜਦੋਂ ਪੰਜਾਂ ਪਿੜੀ ਚੋਣ ਕੀਤੀ ਨਾ ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਪੰਜ ਪਿੜੀ ਕਮੇ ਆਏ ਸੀ, ਪਹਿਲਾਂ ਦਇਆ ਰਾਮ ਆਏ ਜੀ ਫਿਰ ਧਰਮ ਚੰਦ ਆਇਆ। ਧਰਮ ਜਿਹੜਾ ਧਰਮ ਹੈ ਦਇਆ ਦਾ ਪੁੱਤਰ ਆ ਪਿਆਰਿਓ, ਦਇਆ ਧਰਮ ਦੀ ਮਾਂ ਆ। ਤੁਸੀਂ ਦਇਆ ਤੁਹਾਡੇ ਹਿਰਦੇ ਆ ਗਈ ਫਿਰ ਤੁਸੀਂ ਧਰਮ ਹੀ ਅਹਿਸਾਸ ਨਹੀਂ, ਤੇ ਸਾਡੇ ਹਿਰਦੇ ਨੂੰ ਦਇਆ ਨਹੀਂ ਕਿਸੇ ਜੀਵ ਦੇ ਪਰੇ ਬਾਰੇ ਜਾਂ ਕਿਸੇ ਇਨਸਾਨ ਦੇ ਪ੍ਰਥਾ ਦੇ ਅੰਦਰ ਦਇਆ ਨਹੀਂ, ਤੁਸੀਂ ਧਰਮ ਨਹੀਂ ਕਮਾ ਸਕਦੇ, ਨਾ ਮਾੜੀ ਧਰਮ ਦਾ ਭਾਵੇਂ ਰੌਲਾ ਪਾਈ ਹੋ ਪਿਆਰੇ। ਇਸ ਕਰਕੇ ਅੱਜ ਕਹਿੰਦੇ ਭਾਈ ਗੁਰਦਾਸ ਜੀ ਲਿਖਦੇ ਕਹਿੰਦੇ ਰਾਜਾ ਦੇ ਅੰਦਰ ਦਇਆ ਆ ਗਈ, ਕਹਿੰਦਾ ਜੀਵਾਂ ਦੀ ਬੰਦ ਖਲਾਸੀ ਕਰਨੀ ਹੈ। ਜਦੋਂ ਕਹਿੰਦੇ ਫਿਰ ਕਹਿੰਦੇ ਦੇਵਤੇ ਕਹਿੰਦੇ ਧਰਮ ਰਾਜ ਜਾ ਕੇ ਬੇਨਤੀ ਕਰਨੀ ਪਊਗੀ, ਅਸੀਂ ਕੁਝ ਨਹੀਂ ਕਰ ਸਕਦੇ। ਜਦੋਂ ਕਹਿੰਦੇ ਬਵਾਨ ਧਰਮ ਰਾਜ ਦੇ ਕੋਲ ਲੈ ਕੇ ਗਏ, ਦੇਖੋ ਜੀ ਨਾਮ ਦੀ ਕਿੱਡੀ ਮਹਿਮਾ ਸਾਧ ਸੰਗਤ ਜੀ। ਜਦੋਂ ਕਹਿੰਦੇ ਧਰਮ ਰਾਜ ਕੋਲ ਬਵਾਨ ਲੈ ਕੇ ਕਹਿੰਦਾ ਧਰਮ ਰਾਜ ਜਦੋਂ ਕਹਿੰਦੇ ਬਵਾਨ 'ਚ ਖੜਾ ਕੀਤਾ ਲਿਆ ਕੇ ਇੱਕ ਧਰਮ ਜੋ ਦੇਖਿਆ ਧਰਮ ਰਾਜ ਨੇ ਰਾਜਾ ਨੇ ਕਹਿੰਦੀ ਆਏ ਨੇ ਉੱਠ ਕੇ ਕਹਿੰਦੇ ਖੜਾ ਹੋ ਗਿਆ ਧਰਮ ਰਾਜਾ ਪਿਆਰ, ਹੱਥ ਜੋੜਦੇ ਸਾਧ ਸੰਗਤ ਜੀ ਧਰਮ ਰਾਜੇ ਨੇ ਮੱਥਾ ਟੇਕਿਆ, ਬੜਾ ਸਤਿਕਾਰ ਕੀਤਾ। ਕਿਉਂ? ਜਿਹੜਾ ਨਾਮ ਜਪਣਾ ਉਹ ਸਤਿਕਾਰ ਧਰਮ ਰਾਜਾ ਵੀ ਕਰਦਾ ਪਿਆ। ਚਲੋ ਇਹ ਤਾਂ ਨਾਮ ਦੀ ਗੱਲ ਹੈ ਨਾ, ਮਾਰੇ ਬਾਣੀ ਕਹਿੰਦੇ ਸਾਧ ਕੇ ਸੰਗ ਧਰਮ ਰਾਜ ਕਰੇ ਸੇਵਾ। ਤੁਸੀਂ ਕਿਸੇ ਮਹਾਂਪੁਰਸ਼ ਨੂੰ ਪਛਾਣਾ ਸ਼ਿਕਾ ਲਿਓ, ਤੁਸੀਂ ਕਿਸੇ ਸਾਧੂ ਦੀ ਸੰਗਤ ਕਰ ਲਓ, ਤਾਂ ਵੀ ਧਰਮ ਰਾਜ ਉਹਦੀ ਕਿਤੇ ਸੇਵਾ ਕਰਦਾ। ਸਾਧ ਸੰਗਤ ਜਿਵੇਂ ਇਹਨੇ ਫਲਾਨੇ ਮਹਾਂਪੁਰਸ਼ਾਂ ਨੇ ਸੰਗਤ ਕੀਤੀ ਹੋਈ ਹੈ, ਦੇਖੋ ਮਹਾਂ ਸਾਧੂ ਸੰਗਤ ਕਰਦਾ ਕਿੱਡਾ ਵੱਡਾ ਫਲਾ ਪਿਆ। ਪਰ ਕਹਿੰਦੇ ਸਾਧ ਸੰਗ ਧਰਮ ਰਾਜ ਕਰੇ ਸੇਵਾ, ਜੇ ਕੋਈ ਸਾਧੂ ਦੀ ਸੇਵਾ ਕਰਦੇ ਉਹਦੀ ਸੇਵਾ ਧਰਮ ਰਾਜਾ ਕਰਦਾ, ਇਹਨੇ ਮਹਾਂਪੁਰਸ਼ ਸੇਵਾ ਕੀਤੀ ਆ ਪਿਆ। ਨਾਮ ਜਦੋਂ ਗੱਲੇ ਦੂਰ ਆ ਸਾਧ ਸੰਗਤ ਜੀ, ਜਦੋਂ ਕਹਿੰਦੇ ਰਾਜਾ ਨਾਨਕ ਜੀ ਗਏ ਨਾ ਰਾਜ ਧਰਮ ਰਾਜ ਕਹਿੰਦੇ ਉੱਥੇ ਧਰਮ ਉੱਥੇ ਸਾਧ ਸੰਗਤ ਜੀ, ਤਾਂ ਕਹਿੰਦੇ ਭਵਨ ਦੇ ਵਿੱਚ ਗਏ ਨੇ ਧਰਮ ਰਾਜ ਉੱਥੇ ਖੜਾ ਹੋ ਗਿਆ ਸਤਿਕਾਰ ਕਰਦਾ। ਕਹਿੰਦਾ ਵੀ ਬਾਣੀ ਵੀ ਕੋਈ ਚਿੰਜ ਕਰਾਉਂਦਾ, ਕਹਿੰਦੇ ਨਾਮ ਧਿਆਇ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ ਕੀਤੋ ਭਵਨ ਪਨੀਤ। ਧਰਮ ਰਾਜ ਉੱਥੇ ਖੜਾ ਹੋ ਗਿਆ, ਹੱਥ ਜੋੜਦਾ ਕਹਿੰਦਾ ਮਹਾਂਪੁਰਸ਼ੋ ਬੜੀ ਕਿਰਪਾ ਕਰ ਦਿੱਤੀ, ਤੁਸੀਂ ਮੇਰਾ ਭਵਨ ਪਨੀਤ ਕਰ ਦਿੱਤਾ, ਤੁਸੀਂ ਮੇਰਾ ਭਵਨ ਪਵਿੱਤਰ ਕਰ। ਦੇਖੋ ਨਾਮ ਦੀ ਕਿੱਡੀ ਮਹਿਮਾ, ਨਾਮ ਜਪਣਾ ਕਿੱਡਾ ਫਲ ਦੇਖੋ ਸਾਧ ਸੰਗਤ ਜੀ। ਆਹ ਧਰਮ ਰਾਜ ਸਤਿਕਾਰ ਕਰਦਾ ਨਾਮ ਜਪਣ ਵਾਲਿਆਂ ਦਾ, ਤੇ ਕੀ ਬੇਨਤੀ ਧਰਮ ਰਾਜਾ ਕਰਦਾ ਸੀ ਰਾਜਾ ਨੇ ਆਪਣੇ ਚਰਨਾਂ ਦੇ ਵਿੱਚ। ਉਹ ਕਰਦਾ ਭਵਨ ਪਨੀਤ ਹਰੀ ਸਤਿ ਸ਼੍ਰੀ ਅਕਾਲ।
ਜਨ ਪਦਾਰਥ ਜੀਤ ਨਾਨਕ ਧਰਮ ਐਸੇ ਜਵੈ ਕੀਤੋ ਭਵਨ ਪੂਰੀ। ਕਹਿੰਦੇ ਦੇਖੋ ਨਾਮ ਦੀ ਮਹਿਮਾ ਐਡੀ ਵੱਡੀ ਹੈ, ਇਹੋ ਧਰਮ ਰਾਜਾ ਕਹਿੰਦਾ ਮੈਨੂੰ ਜਦੋਂ ਤੁਸੀਂ ਭਵਨ ਕਹਿੰਦੇ ਪਵਿੱਤਰ ਕਰਤਾ ਮਹਾਂਪੁਰਸ਼ ਆਓ। ਦੇਖੋ ਆਹ ਤੇ ਜੋੜ ਕੇ ਧਰਮ ਰਾਜਾ ਵੀ ਖੜਾ ਸਾਸ ਕੀ ਫਿਰ ਕਹਿੰਦੇ ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਕਰੇ ਬੇਨਤੀ ਧਰਮ ਰਾਏ ਹੁਣ ਸੇਵਕ ਠਾਕਰਾ ਨਾ ਸੀ। ਭਾਈ ਗੁਰਦਾਸ ਜੀ ਲਿਖਦੇ ਆ ਕਹਿੰਦੇ ਰਾਜਾ ਜੀ ਕਹਿੰਦੇ ਆ ਕਹਿੰਦੇ ਧਰਮ ਰਾਜਾ ਤੂੰ ਧਰਮ ਦਾ ਰਾਜ ਕਰਨ ਚ ਕਾਲ ਫਿਰ ਕਹਿੰਦੇ ਅਰੇ 96 ਕਰੋੜ ਜੀਵ ਆ ਨਾ ਕਹਿੰਦੇ ਦੇਖੋ 96 ਕਰੋੜ ਜੀਵ 18 ਲੱਖ ਭਰੇ ਪੈਸੇ ਤੁਸੀਂ ਪਾਪੀਆਂ ਦੇ ਨਾਲ ਪਿਆਰੇ 96 ਕਰੋੜ ਜੀਵ ਜਿਹੜੇ ਬਿਰਕਦੇ ਕਹਿੰਦੇ ਬੰਦ ਖਲਾਸੀ ਕਰਦੇ ਕਹਿੰਦੇ ਜਿਹੜੇ ਕਹਿੰਦੇ ਬੰਦ ਖਲਾਸੀ ਕਰਦੇ ਤੇ ਸਾਹਿਬ ਸਿੰਘ ਧਰਮ ਰਾਜਾ ਕਹਿੰਦਾ ਵੀ ਮੈਂ ਤਾਂ ਇਹ ਕੁਝ ਨਹੀਂ ਕਰ ਸਕਦਾ ਇਹਦਾ ਪਰਮੇਸ਼ਰ ਨੂੰ ਪਤਾ ਹੋਊਗਾ ਮੈਂ ਤਾਂ ਉਹਦਾ ਛੋਟਾ ਹੀ ਨੌਕਰ ਆ ਪਰਮੇਸ਼ਰ ਦਾ ਜੇ ਮੈਨੂੰ ਹੁਕਮ ਕਰਦਾ ਮੈਂ ਅੱਗੇ ਆਪਣਾ ਮੈਂ ਕਾਰਜ ਕਰੀ ਜਾਂਦਾ ਕਹਿੰਦੇ ਮੈਂ ਨਹੀਂ ਕੁਝ ਵੀ ਕਰ ਸਕਦਾ ਕਹਿੰਦੇ ਕਰੇ ਬੇਨਤੀ ਧਰਮ ਰਾਏ ਉਹ ਸੇ ਕੋਈ ਠਾਕਰ ਬਣਾ ਸੀ ਕਹਿੰਦਾ ਮਾਂ ਪੁੱਛੋ ਮੈਂ ਤਾਂ ਪਰਮੇਸ਼ਰ ਦਾ ਕਹਿੰਦੇ ਅਦਰਾ ਨੌਕਰ ਆ ਜਿਵੇਂ ਹੁਕਮ ਕਰ ਦੋ ਮੈਂ ਕਰਦਾ ਕਿ ਮੇਰੇ ਬਸ ਨਹੀਂ ਕਿ ਮੈਂ ਜੀਵਾਂ ਨੂੰ ਛੱਡ ਲਿਆ ਇਹਨਾਂ ਜੀਵਾਂ ਨੇ ਕਹਿੰਦੇ ਮਾੜੇ ਕਰਮ ਕੀਤੇ ਆ ਮੁੱਖਾ ਜਨਮ ਨੂੰ ਮਿਲਿਆ ਸੀ ਨਾਮ ਜਪਣ ਵਾਸਤੇ ਪਰ ਇਹਨਾਂ ਨੇ ਨਾਮ ਨਹੀਂ ਜਪਿਆ ਇਹਨੂੰ ਸਿਆਮਾ ਤਾਂ ਹੁਣ ਮਿਲਣੀਆਂ ਆ ਕਹਿੰਦੇ ਸਿਆਮਾ ਤਾਂ ਮਿਲ ਜਾ ਨਾਮ ਨਹੀਂ ਜਪਿਆ ਬੰਦਗੀ ਨਹੀਂ ਕੀਤੀ ਮਨੁੱਖਾ ਜਨਮ ਮਿਲਿਆ ਸੀ ਇਹ ਐਡੀ ਪਵਿੱਤਰ ਦੇਹੀ ਸਾਨੂੰ ਮਿਲੀ ਸੀ ਅਸੀਂ ਕਹਿੰਦੇ ਸ਼ਰਧਾ ਪੀ ਕੇ ਰੋ ਦਿੱਤੀ ਮਾੜੇ ਕਰਮ ਨੇ ਰੋ ਦਿੱਤੀ ਉਹ ਸਿਆਮਾ ਤਾਂ ਮਿਲਣੀਆਂ ਹੀ ਹੈ ਪਰ ਰਾਜਾ ਕਹਿੰਦਾ ਭਾਈ ਮੈਂ ਤਾਂ ਸੱਚਖੰਡ ਗੁਜ਼ਾਰ ਜੇ ਤੂੰ ਜੀਵਾਂ ਨੂੰ ਇਹਨਾਂ ਨੂੰ ਬੰਦ ਇਹਨਾਂ ਨੂੰ ਬੰਦ ਖਲਾਸੀ ਕਰ ਦੇਗਾ ਜੇ ਤੂੰ ਜੀਵਾਂ ਨੂੰ ਛੱਡ ਦੇਗਾ ਫਿਰ ਧਰਮ ਰਾਜਾ ਕਹਿਣ ਚ ਗੱਲ ਕਹਿੰਦੇ ਪਰਮੇਸ਼ਰ ਅੱਗੇ ਕਹਿੰਦੇ ਬੇਨਤੀ ਕਰਦੇ ਆ ਜੀ ਫਿਰ ਪਰਮੇਸ਼ਰ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰੋ 96 ਕਰੋੜ ਜੀਵ ਜਿਹੜੇ ਛੱਡ ਦਿਓ ਰਾਜਨ ਵਿੱਚ ਕਹਿ ਰਹੇ ਨੇ ਫਿਰ ਕਹਿੰਦੇ ਆਵਾਜ਼ ਵੀ ਆਈ ਸੀ ਕਹਿੰਦੇ ਪਰਮੇਸ਼ਰ ਦੀ ਆਵਾਜ਼ ਦਿੱਤੀ ਕਹਿੰਦੇ ਗਹਿਣੇ ਧਰਨ ਇੱਕ ਨਾਓ ਪਾਪਾ ਨਾ ਕਰੇ ਨਰਜਾਸੀ ਆਵਾਜ਼ ਆਈ ਕਹਿੰਦੇ ਰਾਜਨ ਵਿੱਚ ਕਰੋ ਫਿਰ ਜੇ ਤੁਸੀਂ ਪਾਪੀ ਜੀਵ ਛਡਾਉਣੇ ਨਾ ਆਪਣਾ ਇੱਕ ਕਦੇ ਜਪਿਆ ਹੋਇਆ ਨਾਮ ਕਹਿੰਦੇ ਗਹਿਣੇ ਧਰ ਦੇ ਨਰਜਾਸ ਦਾ ਅਰਥ ਹੁੰਦਾ ਤੋਲਣਾ ਸਾਹ ਸਿੰਘ ਜੀ ਕਹਿੰਦੇ ਇੱਕ ਪੰਜੜੇ ਦੇ ਵਿੱਚ ਕਹਿੰਦੇ ਪਾਪੀ ਜੀਵਾਂ ਦੇ ਕਹਿੰਦੇ ਪਾਪ ਪਾਵਾਂਗੇ ਇੱਕ ਪੰਜੜ ਸਾਡਾ ਇੱਕ ਕੜੀ ਜਪਿਆ ਨਾਮ ਇੱਕ ਕੜੀ 24 ਮਿੰਟ ਦੀ ਹੁੰਦੀ ਦੇਖੋ ਪਿਆਰੇ ਇੱਕ ਕੜੀ 24 ਮਿੰਟ ਦੀ ਹੁੰਦੀ ਕਹਿੰਦੇ ਕੜੀ ਜਪਿਆ ਸਾਡਾ ਨਾਮ ਪਾ ਲਾਂਗੇ ਜਿੰਨੇ ਚੜ ਗਏ ਉਹਨੇ ਕਹਿੰਦੇ ਛੱਡ ਗਏ ਕਹਿੰਦੇ ਰਾਜਾ ਨੂੰ ਕਹਿੰਦਾ ਠੀਕ ਹੈ ਜੀ ਕੋਈ ਗੱਲ ਨੀ ਜੇ ਕਰ ਦੋ ਕਹਿੰਦੇ ਫਿਰ ਕਹਿੰਦੇ 15 ਤੱਕੜ ਮੰਗਾਇਆ ਸਾਧ ਸਿੰਘ ਜੀ ਇੱਕ ਤੱਕੜੀ ਦੇ ਵਿੱਚ ਕਹਿੰਦੇ ਸਾਧ ਸਿੰਘ ਪਾਪੀ ਜੀਵਾਂ ਦੇ ਕਹਿੰਦੇ 96 ਕਰੋੜ ਜੀਵ ਜਿਹੜੇ ਦੇਖੋ ਤੜਫ ਰਹੇ ਨੇ ਇੱਕ ਜੀਵਾ 96 ਕਰੋੜ ਜੀਵਾਂ ਨੇ ਕਹਿੰਦੇ ਪਾਪ ਪਾਉਣੇ ਸ਼ੁਰੂ ਕਰ ਦਿੱਤੇ ਦੂਜੇ ਪਾਸੇ ਇੱਕ ਕੜੀ ਦਾ ਕਹਿੰਦੇ ਨਾਮ ਪਾਇਆ ਸਾਧ ਸਿੰਘ ਜੀ ਤੇ ਭਾਈ ਗੁਰਦਾਸ ਜੀ ਦੇਖਦੇ ਕਹਿੰਦੇ ਪਾਪ ਸਿੰਘ ਪਾਪ ਨਾ ਪੁੱਜਣੀ ਗੁਰਮੁਖ ਨਾਮ ਤੁਧ ਨਾ ਤੁਲਾਸੀ ਕਹਿੰਦੇ ਫਿਰ ਵੀ ਕਹਿੰਦੇ ਨਾਮ ਦਾ ਪੱਲਾ ਭਾਰੀ ਰਿਹਾ ਕੋ ਸਤਨਾ ਦੇਖੋ 96 ਕਰੋੜ ਜੀਵਾਂ ਦੇ ਪਾਪ ਇੱਕ ਪਾਸੇ ਪਾਏ ਇੱਕ ਪਰ ਨਾਮ ਜਪਿਆ 24 ਮਿੰਟ ਦਾ ਜਪਿਆ ਨਾਮ ਦੇਖੋ ਨਾਮ ਦੀ ਕਿੰਨੀ ਮਹਿਮਾ ਮੈਂ ਤਾਂ ਹੀ ਬੇਨਤੀ ਕੀਤੀ ਸਾਡਾ ਨਾ ਮਨ ਨਾਮ ਨਾਲ ਜੁੜ ਕੇ ਪਿਆ ਜੀ ਸਾਨੂੰ ਨਾਮ ਦੀ ਮਹਿਮਾ ਦਾ ਪਤਾ ਰਹੇ ਨਾਮ ਕਿੱਡੀ ਉੱਚੀ ਚੀਜ਼ ਆ ਪਿਆ ਜੀ ਮੈਂ ਜੇ ਮਾਲ ਬਿਨਾਂ ਸੋਧ ਗੀਤ ਨਾ ਪਾਏ ਨਾ ਮਨ ਮੋਹਾ ਨਾਮ ਤੇਰਾ ਸੰਗ ਸਾਰੀ ਮੈਂ ਦੇਖੋ ਵਿਚਾਰ ਕਰਕੇ ਦੇਖੋ ਰਾਜ ਜਨਕ ਦਾ ਰਾਜ ਪਾਇਆ ਸੰਸਾਰ ਤੇ ਰਹਿ ਗਿਆ ਪਿਆ ਜੀ ਉਹਦਾ ਧਨ ਪਦਾਰਥ ਉਹਦਾ ਸੰਸਾਰ ਤੇ ਰਹਿ ਗਿਆ ਉਹਦੇ ਮਹਿਲ ਉਹਦਾ ਸੰਸਾਰ ਤੇ ਰਹਿ ਗਿਆ ਪਰ ਨਾਲ ਕੀ ਆਇਆ ਜੀ ਜਪਿਆ ਹੋਇਆ ਨਾਮ ਦੇਖੋ ਨਾਮ ਜਪਿਆ ਉਹਦੇ ਨਾਲ ਆਇਆ ਉਸ ਘੜੀ ਦੇ ਨਾਮ ਨੇ ਫਿਰ ਕੀ ਕੀਤਾ ਜੋ ਕਹਿੰਦੇ ਉਹਦਾ ਪੱਲਾ ਨਾਮ ਦਾ ਭਾਰੀ ਰਹਿਣ ਦੇ ਨਾਲ ਕਹਿੰਦੇ 96 ਕਰੋੜ ਜੀਵਾਂ ਦਾ ਕਹਿੰਦੇ ਉਧਾਰ ਹੋ ਗਿਆ ਸਤਨਾਮ ਸ਼੍ਰੀ ਕਹਿੰਦੇ ਪਰਮੇਸ਼ੁਰ ਨੇ 96 ਕਰੋੜ ਜੀਵ ਛੱਡਣੇ ਪੈ ਗਏ ਪਿਆਰੇ ਦੇਖੋ 96 ਕਰੋੜ ਜੀਵ ਕਹਿੰਦੇ ਫਿਰ ਕਹਿੰਦੇ ਉਹਨਾਂ ਦੇ ਸਾਰਿਆਂ ਦੇ ਕਹਿੰਦੇ ਬੰਦ ਖਲਾਸੀ ਕਰਾ ਦਿੱਤੀ ਇੱਕ ਘੜੀ ਦੇ ਸਿਮਰ ਨੇ ਪਿਆਰੇ ਕਹਿੰਦੇ ਨਾਮ ਦਾ ਪੱਲਾ ਭਾਰੀ ਰਹਿਣ ਕਰਕੇ 96 ਕਰੋੜ ਜੀਵਾਂ ਦਾ ਉਧਾਰ ਹੋ ਗਿਆ 18 ਲੱਖ ਭਰੇ ਪੈਸੇ ਪਾਪੀ ਨਾਲ ਪਿਆਰੇ
ਥਾਰਾ ਨਾ ਕਹਿੰਦੇ ਜਿਹੜੇ ਭਰੇ ਵੀ ਖਾਦੀ ਹੋ ਗਏ ਤੇ ਮਹਾਂਪੁਰਸ਼ ਨੇ ਭਜਨ ਲਿਖਿਆ ਰਾਜ ਜਨਕ ਦੇ ਬਾਰੇ ਕਿ ਤਨ ਰਾਜਾ ਜਨਕ ਹੈ ਜਿਹਨੇ ਸਿਮਰਨ ਕੀਓ ਵਿਵੇਕ ਇੱਕ ਘੜੀ ਕੇ ਕਾਰਨ ਪਾਪੀ ਤਰੇ ਅਨੇਕ। ਦੇਖੋ ਨਾਮ ਦੀ ਕਿੱਡੀ ਮਹਿਮਾ, ਸਾਧ ਜੀ ਪੜਿਓ ਗੱਜ ਵੱਜ ਕੇ ਰਸਨਾ ਪਵਿੱਤਰ ਕਰਿਓ ਜੀ। ਉਹ ਕੀਤੇ ਕੁੰਡ ਗੁਰਦਾਸ ਜੀ ਕਹਿੰਦੇ ਨਰਕੋ ਛੁੱਟੇ ਜੀ ਜੰਤ ਕੱਟੀ ਚਲੋ ਸਰਗ ਜਾਂ ਫਾਸੀ।
ਮੁਕਤ ਜੁਗਤ ਨਾਮ ਹੈ ਕੀ ਦਾਸੀ ਦੇਖੋ ਨਾਮ ਦੀ ਕਿੰਨੀ ਮਹਿਮਾ ਕਰੋ ਜਿਹੜਾ ਨਾਮ ਹੈ ਨਾ ਮੈਨੂੰ ਨਾਮੀ ਨਾਲ ਕਹਿੰਦੇ ਵੱਡਾ ਹੁੰਦਾ ਸਾਹਿਬ ਜੀ ਚਿੱਠੀ ਵਿੱਚ ਤੁਸੀਂ ਮਰਜ਼ੀ ਲਿਖ ਰਹੇ ਹੋ ਅਜੇ ਬਾਅਦ ਐਡਰੈਸ ਨਹੀਂ ਲਿਖਿਆ ਚਿੱਠੀ ਨੇ ਕਿਤੇ ਵੀ ਜਾਣਾ ਪਿਆ ਚਿੱਠੀ ਵਿੱਚ ਕੁਝ ਨਾ ਵੀ ਜਿੱਥੋਂ ਭਾਵੇਂ ਪਰ ਐਡਰੈਸ ਲਿਖ ਦਿਓ ਤਾਂ ਚਿੱਠੀ ਨੇ ਪਹੁੰਚ ਜਾਣਾ ਨਾਮ ਦਾ ਨਾਮੀ ਨਾਲ ਵੀ ਵੱਡਾ ਅਹਿਸਾਸ ਹੈ ਜੀ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਉਹ ਵੀ ਵੱਡਾ ਹੀ ਹੈ ਮਾਲਕ ਜੋ ਪ੍ਰਭ ਕੋ ਸਿਮਰੈ ਤੇ ਸਭ ਕੇ ਰਾਜੇ ਸਦੁਨੇ ਦੇ ਰਾਜੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਆ ਪਏ ਦੇਖੋ ਰਾਜਾਨਕ ਤਾਂ ਵੱਡਾ ਭਗਤ ਆਖਿਆ ਭਾਈ ਗੁਰਦਾਸ ਜੀ ਕਹਿੰਦੇ ਰਾਜਾਨਕ ਨੇ ਕਹਿੰਦੇ ਮਾਇਆ ਹੁੰਦਿਆਂ ਵੀ ਰਾਜ ਹੁੰਦਿਆਂ ਹੁਣ ਤਾਂ ਨਾਮ ਜਪਿਆ ਪਿਆ ਸਾਨੂੰ ਤੇ ਮਾਰੇ ਸੁੱਖ ਮਿਲਦੇ ਅਸੀਂ ਤਾਂ ਪਰਮੇਸ਼ਰ ਨੂੰ ਭੁੱਲ ਜਾਂਦੇ ਹਾਂ ਸਾਡੇ ਤੇ ਪਤੀ ਤੇ ਮਾਇਆ ਤਾਂ ਅਸੀਂ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਹੁਣ ਕੀ ਲੋੜ ਹੈ ਗੁਰਦੁਆਰੇ ਜਾਣ ਦੀ ਬੜਾ ਕੁ ਦਿੱਤਾ ਹੋਇਆ ਪਰਮੇਸ਼ਰ ਨੇ ਤਾਂ ਦਾਤਾ ਸਤ ਨੂੰ ਦਿੰਦੇ ਆ ਪਿਆਰ ਯਾਦ ਰੱਖਿਓ ਸ਼ੁਕਰਾਨਾ ਸਾਡਾ ਕਰਦਾ ਫਲ ਬਣਦਾ ਤਾਂ ਸੰਸਾਰ ਦਾ ਪ੍ਰਸਾਦ ਨੇ ਆਪਾਂ ਆਪਣੀ ਬਾਰੀ ਸਾਹ ਚਲੇ ਜਾਣਾ ਪਿਆਰ ਜੇ ਨਾਮ ਜਪਿਆ ਹੋਵੇਗਾ ਨਾ ਭੱਜੇ ਸਾਡੇ ਨਾਮ ਹੋਵੇਗਾ ਤਾਂ ਸਾਡਾ ਸੰਸਾਰ ਤੋਂ ਜਾਣਾ ਸੌਖਾ ਹੋ ਜਾਣਾ ਸਾਹ ਸਿੰਘ ਦੁਨੀਆਂ ਸਾਡੀ ਮਰਦੀ ਹੈ ਸਾਰੀ ਦੁਨੀਆਂ ਸਾਰੀ ਮਰ ਰਹੀ ਹੈ ਪਰ ਮਰਨ ਮਰਨ ਦੇ ਵਿੱਚ ਫਰਕ ਹੋਇਆ ਕਰਦਾ ਕਿਉਂਕਿ ਜਿਹੜੇ ਨਾਮ ਜਪਦੇ ਗੁਰਮੁਖ ਪਿਆਰੇ ਸੰਸਾਰ ਨੂੰ ਨਾਮ ਜਪਦੇ ਉਹਦਾ ਮਰਨਾ ਸੌਖਾ ਹੋ ਜਾਂਦਾ ਜੀ ਆਪਾਂ ਨੇ ਇੱਕ ਸ਼ਬਦ ਸੁਣਦੇ ਹਾਂ ਆਪਾਂ ਕਬੀਰ ਸਾਹਿਬ ਜੀ ਦਾ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਬੀਰ ਜਿਸ ਕਹਿੰਦੇ ਕਬੀਰ ਮਰਦਾ ਮਰਦਾ ਜਾਗਮੂਆ ਮਰ ਤੇ ਨਾ ਜਾਣਿਆ ਕੋਈ ਕਹਿੰਦੇ ਐਸੇ ਮਰਨੇ ਜੋ ਮਰੈ ਬਹੁਤ ਨਾ ਮਰਨਾ ਉਹ ਕਹਿੰਦੇ ਬੰਦੇ ਇਹੋ ਜਿਹੀ ਮਰਦੀ ਮਰ ਕੇ ਆ ਸੰਸਾਰ ਤੋਂ ਤੇਰਾ ਮੁੜ ਕੇ ਮਰਨਾ ਨਾ ਹੋਵੇ ਜਦੋਂ ਨਾ ਇਹ ਸਲੋਕ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੜ੍ਹਿਆ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਵੀ ਤਾਂ ਸ਼ੰਕਾ ਪੈਦਾ ਫਿਰ ਸੰਗਤਾਂ ਦੇ ਮਨ ਵਿੱਚ ਫਿਰ ਮਾਰੇ ਸੰਗਤਾਂ ਗੁਰੂ ਤਨ ਦੇ ਬਾਅਦ ਨਾਲ ਆਪਣਾ ਸਲੋਕ ਲਿਖਿਆ ਮਹਾਰਤੀ ਜੀ ਪਾਤਸ਼ਾਹ ਮਹਾਰਾਜ ਜੀ ਨੇ ਕਹਿੰਦੇ ਕਬੀਰ ਜੇ ਕਬੀਰ ਮਰਦਾ ਮਰਦਾ ਜਾਗੂਆ ਮਰ ਪੇ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬਹੁਤ ਨਾ ਮਰਨਾ ਹੋਏ ਮਹਲਾ ਤੀਜਾ ਫਿਰ ਮਾਰੇ ਕੀ ਲਿਖਦੇ ਆ ਕਹਿੰਦੇ ਕਿਆ ਜਾਣਾ ਕਿਵੇਂ ਮਰੇਗੇ ਕੈਸਾ ਮਰਨਾ ਹੋਏ ਸੱਚੇ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਕਹਿੰਦੇ ਬਾਬਾ ਕਬੀਰ ਤੁਸੀਂ ਕਹਿੰਦੇ ਵੈਸੀ ਮਰਦੀ ਮਰ ਕੇ ਜਾਓ ਮੁੜ ਕੇ ਮਰਨਾ ਨਾ ਹੋਵੇ ਪਰ ਮੌਤ ਦਾ ਪਤਾ ਨਹੀਂ ਕਦੋਂ ਆਉਣੀ ਹੈ ਕਿੱਥੇ ਉਹਨੇ ਕਿਵੇਂ ਆਉਣੀ ਹੈ ਕਹਿੰਦੇ ਕਿਆ ਜਾਣਾ ਕਿਵੇਂ ਮਰੇਗੇ ਕੈਸਾ ਮਰਨਾ ਹੋਏ ਅਸਲ ਗੱਲ ਪਤਾ ਕੀ ਹੈ ਜੇਕਰ ਸਾਹਿਬ ਮਨ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਇਆ ਕੋ ਸਤਨਾਮ ਸ੍ਰੀ ਵਾਹਿ ਗੁਰੂ ਜੇ ਸਾਡੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵੱਸਦਾ ਫਿਰ ਸਾਡੀ ਮੌਤ ਸੌਖੀ ਹੋ ਜਾਣੀ ਪਿਆ ਫਿਰ ਮਰਨਾ ਸੌਖਾ ਹੋ ਜਾਂਦਾ ਫਿਰ ਤਾਂ ਆਪਾਂ ਦੁਨੀਆਂ ਸਾਰੀ ਮਰਦੀ ਆ ਸਾਹ ਸਿੰਘ ਕੋਈ ਐਕਸੀਡੈਂਟ ਹੋ ਕੇ ਮਰ ਗਿਆ ਕੋਈ ਸਾਹਿਬ ਬਿਮਾਰੀ ਦੇ ਨਾਲ ਮਰ ਗਿਆ ਕੋਈ ਜ਼ਹਿਰ ਖਾ ਕੇ ਮਰ ਗਿਆ ਪਰ ਪਹਿਲ ਜੋ ਸੰਸਾਰ ਤੋਂ ਅਸੀਂ ਕਰਨੀ ਕਰਕੇ ਜਾਈਏ ਨਾਮ ਜਪ ਕੇ ਸੰਸਾਰ ਤੋਂ ਜਾਈਏ ਸਾਡਾ ਵਾਲਾ ਮਰਨਾ ਸੌਖਾ ਹੋ ਗਿਆ ਪਿਆ ਤਾਂ ਆਪਾਂ ਜੇ ਵਿਚਾਰ ਆਰੰਭ ਕੀਤੀ ਆ ਵੀ ਜੇ ਮਾਲਕ ਦਾ ਸੁੱਤ ਮੀਤ ਨਾ ਭਾਈ ਮਨ ਤੁਹਾ ਨਾਮ ਤੇਰਾ ਸੰਗ ਸਹਾਈ ਇਸੇ ਅੱਗੇ ਬਾਣੀ ਵਿੱਚ ਬਚਨ ਆਉਂਦਾ ਕਿ ਜੇ ਮਾਲਕ ਦੇ ਗਣੇ ਜਾਏ ਨਾ ਕੋਸਾ ਦੇਖੋ ਪਹਿਲਾਂ ਪਿਆਰ ਨਾ ਕੋਹ ਚੱਲਦੇ ਸੀ ਸਾਰੇ ਕੋਹ ਸਿਆਣੇ ਜੀ ਬਚਨ ਪਤਾ ਸਾਹ ਸਿੰਘ ਜੀ ਪਹਿਲਾਂ ਕੋਹ ਚੱਲਦੇ ਸੀ ਫਿਰ ਵੀਰ ਆ ਗਿਆ ਕਿਲੋਮੀਟਰ ਨੇ ਜੀ ਜਦੋਂ ਮਾਲਕ ਨੇ ਬਾਣੀ ਦੀ ਕੋਹ ਦੀ ਗੱਲ ਮਾਲਕ ਕੀਤੀ ਆ ਜੇ ਮਾਲਕ ਦੇ ਗਣੇ ਜਾਏ ਨਾ ਕੋਸਾ ਇਹਦੇ ਬੰਦੇ ਜਿਹੜਾ ਨਾ ਸੰਸਾਰ ਤੋਂ ਨਿਰੰਕਾਰ ਤੱਕ ਜਾਣ ਦਾ ਰਸਤਾ ਆ ਉਹਦੇ ਕੋਹ ਉਹਦੇ ਪੱਤੇ ਤੋਂ ਕੋਹ ਗਣੇ ਨਹੀਂ ਜਾਂਦੇ ਕਿੱਡਾ ਕਿੱਡਾ ਕਿਲੋਮੀਟਰ ਲੰਬਾ ਹੈ ਜੀ ਉਹ ਕਿੰਨਾ ਕੁ ਮੀਲ ਲੰਬਾ ਹੈ ਕਿੰਨਾ ਕੁ ਕਿਲੋਮੀਟਰ ਆਪਾਂ ਕਹਿ ਲਈਏ ਅੱਜ ਸਮੇਂ ਵਿੱਚ ਉਹ ਕਿੰਨਾ ਲੰਬਾ ਰਸਤਾ ਹੈ ਸੋ ਕਹਿੰਦੇ ਕਿਤੋਂ ਬੰਦਾ ਕੋਹ ਗਿਣੇ ਨਹੀਂ ਜਾਣੇ ਜੈ ਮਾਲਕ ਦੇ ਗਣੇ ਜਾਏ ਨਾ ਕੋਸਾ ਪਰ ਹਰ ਕਾ ਨਾਮ ਉਹਾ ਸੰਗ ਕੋਸਾ ਉੱਥੇ ਖਜ਼ਾਨਾ ਤੇਰਾ ਨਾਮ ਦਾ ਤੰਤਰ ਇੱਕ ਹੋ ਗਿਆ ਤਾਂ ਤੂੰ ਸੌਖਾ ਜਾਂਦਾ ਰਸਤੇ ਵਿੱਚ ਅੱਗੇ ਮਾਲਕ ਕਹਿੰਦੇ ਜੈ ਪੈਂਦੇ ਮਹਾਂ ਤੋਂ ਗੁਬਾਰਾ ਹਰ ਕਾ ਨਾਮ ਸੰਗ ਉਜਿਆ ਜਾ ਪੰਥ ਤੇਰਾ ਕੋ ਨਾ ਸੁਜਾਨੂ ਹਰ ਕਾ ਨਾਮ ਤੈ ਨਾਲ ਪਛਾਣੂ ਜਾਂ ਮਹਾਂ ਭਿਆ ਤੂਤ ਜਾਂ ਮਦਰਾ ਤੇ ਕੇਵਲ ਨਾਮ ਸੰਗ ਤੇਰਾ ਚੱਲ ਦੇਖੋ ਜਿੱਥੇ ਕਹਿੰਦੇ ਹਨੇਰੀਆਂ ਰਾਤਾਂ ਨੇ ਹਨੇਰਾ ਨੇ ਉੱਥੇ ਬੰਦਾ ਤੈਨੂੰ ਕਹਿੰਦੇ ਪਰਮੇਸ਼ਰ ਨਾਮ ਨੇ ਚਾਨਣ ਕਰਨਾ
ਜਿੱਥੇ ਕਿ ਧੁੱਪਾਂ ਲੱਗਣ ਤੋਂ ਪਰਮੇਸ਼ਰ ਨਾਮਿਤ ਨੂੰ ਸ਼ਾਮਾ ਕਰਨੀ ਆ, ਜਿਸ ਰਸਤੇ ਤੇਰੇ ਕੋਈ ਪਛਾਣਦਾ ਨਹੀਂ ਉੱਥੇ ਨਾਮ ਹੀ ਤੇਰੀ ਸਹਾਇਤਾ ਕਰਨੀ ਹੈ। ਇਸ ਕਰਕੇ ਅੱਜ ਆਪਾਂ ਪ੍ਰਣ ਕਰ ਲਈਏ ਸਤਿ ਸ੍ਰੀ ਅੱਜ ਆਪਾਂ ਪੰਜ ਜਗਵੀਰ ਸਿੰਘ ਜੀ ਦੀ ਅੰਤਮ ਅਰਦਾਸ ਦੇ ਜੁੜੇ ਆ ਪਿਆਰਿਓ। ਇੱਕ ਜੋਰ ਮੇਰੀ ਬੇਨਤੀ ਪ੍ਰਵਾਨ ਕਰਿਓ, ਚਲੋ ਜੀ ਬਹੁਤਾ ਨਹੀਂ ਤੁਸੀਂ ਸਾਰੇ ਨਾਮ ਜਪ ਸਕਦੇ, ਨਹੀਂ ਸਮਾਂ ਮਿਲਦਾ। ਇੱਕ ਮਾਲਾ ਮੂਲ ਮੰਤਰ ਰੋਜ਼ ਕਰਿਆ ਕਰੋ ਪਿਆਰਿਓ, ਇੱਕ ਮਾਲਾ ਮੂਲ ਮੰਤਰ ਦੀ, ਕਿਉਂਕਿ ਅਸੀਂ ਮੂਲ ਮੰਤਰ ਜਿਹੜਾ ਬਹੁਤ ਬਖਸ਼ਿਸ਼ ਹੈ, ਮੈਂ ਫਿਰ ਸਮਾਂ ਬਣਿਆ ਆਪਾਂ ਵਿਚਾਰਾ ਕਰੀਏ ਮੂਲ ਮੰਤਰ ਦੇ ਬਾਰੇ ਪਿਆਰਿਓ। ਜਿਹੜਾ ਮੂਲ ਮੰਤਰ ਸਭ ਤੋਂ ਵੱਡਾ ਮੰਤਰ ਮੂਲ ਮੰਤਰ ਹੈ ਜੀ। ਜਿਹੜਾ ਬੰਦਾ ਮੂਲ ਮੰਤਰ ਜਪਦਾ ਨਾ, ਕੋਈ ਜ਼ਿੰਦਗੀ ਦਾ ਕੋਈ ਦੁਨੀਆਂ ਦਾ ਮੰਤਰ ਉਹਦੇ ਸਾਰੇ ਉੱਤੇ ਅਸਰ ਨਹੀਂ ਕਰ ਸਕਦਾ ਪਿਆ। ਜੇ ਤੁਸੀਂ ਬਹੁਤਾ ਨਹੀਂ ਇੱਕ ਮਾਲਾ ਮੂਲ ਮੰਤਰ ਰੋਜ਼ ਕਰੇ 108 ਮਾਰ ਕੇ ਨਹੀਂ ਪਿਆ, ਸੋ ਜੇ ਮਾਲਾ ਜੇ ਨਾ ਕਿਸੇ ਨੂੰ ਵਹਿਮ ਹੋਵੇ ਮਾਲਾ ਪਖੰਡ ਹੈ ਤਾਂ 20-25 ਮਿੰਟ ਲਾ ਲਿਆ ਕਿੰਨਾ ਘੰਟਾ ਲਾ ਲਓ ਸਾਧ ਸੰਗਤ ਜੀ। ਇੱਕ ਮਾਲਾ ਰੋਜ਼ ਮੂਲ ਮੰਤਰ ਦੇ ਗੱਲ ਅਜੇ ਪ੍ਰਣ ਕਰਕੇ ਜਾਇਓ ਸਾਰੇ ਸਾਧ ਸੰਗਤ ਜੀ। ਚਲੋ ਬਹੁਤਾ ਸਮਾਂ ਜੇ ਨਹੀਂ ਕਰ ਸਕਦੇ, ਇੱਕ ਮਾਲਾ ਮੂਲ ਮੰਤਰ ਦੀ ਕਰਨੀ ਸ਼ੁਰੂ ਕਰ ਦਿਓ, ਤਾਂ ਬਾਬੇ ਨਾਲ ਸਾਡੀ ਬਾਹਰ ਛੱਡਣੀ ਆ ਕੋ ਸਤਨਾ ਸਾਧੂ ਨਾਨਕ ਪਾਤਸ਼ਾਹ ਤੁਹਾਡੀ ਬਾਹਰ ਛੱਡਣਗੇ ਪਿਆਰੇ। ਤੇ ਜੇ ਤੁਹਾਨੂੰ ਜ਼ਿਆਦਾ ਸਮਾਂ ਹੈ ਗੀਤਾ ਘਰ ਦੇ ਵਿੱਚ ਗੁਰੂ ਪਿਆਰੇ ਤਾਂ 5 ਮਾਲਾ ਰੋਜ਼ ਮੂਲ ਮੰਤਰੀ ਰੋਜ਼ 5 ਮਾਲਾ ਸਾਧ ਸੰਗਤ ਜੀ। 5 ਮਾਲਾ ਮੂਲ ਮੰਤਰ ਜੇ ਤੁਸੀਂ ਕਰੋ 8 ਮਹੀਨੇ ਦੇ 1.25 ਲੱਖ ਪਾਠ ਹੋ ਜਾਂਦਾ ਪਿਆਰੇ। 8 ਮਹੀਨੇ 1.25 ਲੱਖ ਪਾਠ ਹੋ ਜਾਣਾ ਮੂਲ ਮੰਤਰ, ਜੇ ਕੋਈ ਕਰਨਾ ਚਾਹੇ ਕਰ ਸਕਦਾ ਪਿਆਰੇ। ਰੋਜ਼ 5 ਮਾਲਾ ਮੂਲ ਮੰਤਰ ਕੀ ਕਰੀਏ, 8 ਮਹੀਨੇ 1.25 ਲੱਖ ਪਾਠ ਮੂਲ ਮੰਤਰ ਦਾ ਬਣਦਾ ਜੀ। ਚਲੋ ਬਹੁਤਾ ਜੀ ਤੁਸੀਂ ਇੱਕ ਮਾਲਾ ਕਰ ਦਿਓ, 1 ਘੰਟਾ ਕਰ ਦਿਓ ਸਾਧ ਸੰਗਤ ਜੀ। ਨਾਮ ਜਪਣਾ ਸ਼ੁਰੂ ਕਰਾਂਗੇ ਹੌਲੀ ਹੌਲੀ ਕਰਦੇ ਕਰਦੇ, ਇੱਕ ਦਿਨ ਸਾਧ ਸੰਗਤ ਐਸਾ ਮਨ ਜੁੜ ਜਾਂਦਾ, ਫਿਰ ਬੰਦੇ ਦਾ ਕਹਿੰਦੇ ਨਾਮ ਦੇ ਨਾਲ ਐਸਾ ਮੋਹ ਪੈ ਜਾਂਦਾ, ਐਸਾ ਨਾਮ ਨਾਲ ਪਿਆਰ ਕਰਨਾ, ਬੰਦਾ ਨਾਮ ਛੱਡਦਾ ਨਹੀਂ ਪਿਆ ਰਿਹਾ। ਫਿਰ ਨਾਮ ਨੇ ਸਾਡੀ ਸਹਾਇਤਾ ਕਰ ਲਈ, ਪੜ੍ਹ ਕੇ ਧਾਰਨਾ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ, ਜਿਸ ਮਾਰਗ ਸਾਨੂੰ ਕੋਈ ਜਾਣਦਾ ਨਹੀਂ ਹੁਣ ਜੇ ਮਾਰਗ ਕੇ ਗਣੇ ਜਾਏ ਨਾ ਗੁਰਸਾ ਹਰ ਘਰ ਮੂਹਾਂ ਸੰਗ ਗੋਸਾ ਬੰਨਿਆ। ਅੱਗੇ ਸੰਸਾਰ ਦੀ ਯਾਤਰਾ ਕਰਦੇ ਹੋਵੇ ਨਾ ਅਸੀਂ ਮਾਇਆ ਦਾ ਪਹਿਲਾਂ ਦੇਖ ਰਹੇ, ਜੇ ਵਿੱਚ ਮਾਇਆ ਬੰਨ ਲਈ ਹੈ ਵੀ ਖਰਚਾ ਕੋਲ ਲੈ ਲਈਏ ਯਾਤਰਾ ਤੇ ਜਾਣਾ ਦੂਰ ਪੈ ਜਾਓ, ਪਰ ਕਦੀ ਸੋਚਿਆ ਵੀ ਜਿਹੜਾ ਸੰਸਾਰ ਤੋਂ ਨਨਕਾਣ ਦੀ ਯਾਤਰਾ ਉਹਦੇ ਵਾਸਤੇ ਸਾਡੇ ਕੋਲ ਧਨ ਹੋਣਾ ਚਾਹੀਦਾ ਨਾਮ ਦਾ ਜੀ। ਉਹਦੇ ਵਾਸਤੇ ਸਾਡੇ ਕੋਲ ਨਾਮ ਧਨ ਹੋਣਾ ਜ਼ਰੂਰੀ ਹੈ, ਜੇ ਨਾਮ ਧਨ ਸਾਡੇ ਕੋਲ ਹੋਇਆ ਨਾ ਪਿਆਰਿਓ ਫਿਰ ਤਾਂ ਸੌਖੇ ਚਲੇ ਜਾਵਾਂਗੇ। ਜੇ ਧਨ ਨਾ ਹੋਇਆ ਤਾਂ ਸੁਣੀਆਂ ਤੁਸੀਂ ਸਜਾਵਾਂ ਕਿੰਨੀਆਂ ਨਰਕਾਂ ਤੋਂ ਮਿਲਦੀਆਂ ਸਾਧ ਸੰਗਤ ਜੀ, ਉਹ ਤਾਂ ਨਰਕੀ ਜੀਵਨ ਰਾਏ ਚੰਦ ਨੇ ਛਡਾਇਆ, ਪਰ ਹੁਣ ਕਿਸੇ ਛਡਾਉਣਾ, ਇਸ ਕਰਕੇ ਆਪਾਂ ਹੁਣੇ ਆਪਣਾ ਪ੍ਰਬੰਧ ਕਰ ਲਈਏ ਭਾਈ, ਨਾਮ ਜਪਣਾ ਸ਼ੁਰੂ ਕਰ ਦਈਏ ਤਾਂ ਸਾਡਾ ਸੰਸਾਰ ਤੇ ਆਉਣਾ ਵੀ ਸਫਲ ਹੋ ਜੇ, ਜਾਣਾ ਵੀ ਸਫਲ ਹੋ ਜੇ। ਇਤਨੀ ਬੇਨਤੀ ਪ੍ਰਵਾਨ ਕਰਿਓ ਜੀ, ਆਓ ਫਿਰ ਧਾਰਨਾ ਫਿਰ ਮਨਾਸਾ ਦੇ ਬਾਣੀ ਆਪਾਂ ਸਾਰੇ ਜੁੜਾਂਗੇ। ਇਤਨੀ ਬੇਨਤੀ ਪ੍ਰਵਾਨ ਕਰੋ, ਆਪਣੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ, ਗੁਰੂ ਕੇ ਜਹਾਜ ਵਿੱਚ ਚੜੀਏ, ਆਪਣਾ ਨਿਯੰਤਰਣ ਕਰੀਏ ਜੀ, ਦੋ ਟਾਈਮ ਸਵੇਰੇ ਸ਼ਾਮ ਨਿਯੰਤਰਣ ਕਰੀਏ, ਗੁਰੂ ਘਰ ਦਰਸ਼ਨ ਕਰੋ, ਮਹਾਰਾਜ ਦੀ ਬਾਣੀਆਂ ਜੋੜੋ। ਇਹ ਸਾਰੇ ਮਨੁੱਖਾਂ ਦਾ ਮੁੱਖ ਉਦੇਸ਼ ਮੁੱਖ ਪ੍ਰਯੋਜਨ ਹੈ, ਭਈ ਪ੍ਰਾਪਤ ਮਾਨਕ ਦੇ ਹੋਈਆ ਉਹ ਬਿੰਦ ਮਿਲਣ ਕੀ ਇਹ ਤੇਰੀ ਬਈਆ, ਅਵਰ ਕਾਲ ਤੇ ਕਿਤਨ ਅਗਾਨ ਸਾਧ ਸੰਗਤ ਭਜ ਕੇਵਲ ਨਾਮ। ਆਓ ਆਪਣੀ ਧਾਰਨਾ ਪੜ੍ਹ ਲਈਏ, ਅਸਨਾ ਪਵਿੱਤਰ ਕਰਿਓ ਜੀ। ਪੱਲੇ ਪੰਜ ਚੰਗਾਈ ਖਰਚਾ ਆਹ
ਨਾਨਕ ਨਾਮ ਚੜ੍ਹਦੀ ਕਲਾ ਸਰਵਾ ਚਲਾ ਚਲਾ।